ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ, ਸੰਪਾਦਕ ਪੰਜਾਬ ਟੈਲੀਵਿਜ਼ਨ। ਮੈਂ ਜੀ ਆਇਆਂ। ਸ਼ੁਕਰੀਆ ਜੀ। ਕੀ ਪੰਜਾਬ ਦੇ ਵਿੱਚ ਪਾਵਰ ਸੈਂਟਰ ਬਦਲ ਰਹੇ ਨੇ? ਚਲੋ ਆਪਾਂ ਦੂਜੇ ਲਫ਼ਜ਼ਾਂ 'ਚ ਲੈਂਦੇ ਹਾਂ ਕਿ ਕੀ ਆਮ ਆਦਮੀ ਪਾਰਟੀ ਦੇ ਵਿੱਚ ਸੱਤਾ ਦੇ ਕੇਂਦਰ ਬਦਲ ਰਹੇ ਨੇ? ਕੱਲ੍ਹ ਸਮਝੌਤੇ ਵੇਲੇ ਇੱਕ ਵੱਡੇ ਚਿਹਰੇ ਦਾ ਨਦਾਰਦ ਹੋਣਾ, ਭਾਵੇਂ ਕੋਈ ਨਿੱਜੀ ਕਾਰਨ ਵੀ ਰਹੇ ਹੋਣ, ਪਰ ਸਿਆਸੀ ਹਲਕਿਆਂ 'ਚ ਪੰਜਾਬ ਦੇ ਸੱਤਾ ਦੇ ਗਲਿਆਰਿਆਂ ਦੇ ਵਿੱਚ ਇਹ ਗੱਲ ਤੁਰਦੀ ਰਹੀ ਕਿ ਕੀ ਪਾਵਰ ਸੈਂਟਰ ਸ਼ਿਫਟ ਹੋ ਰਹੇ ਨੇ। ਇਹਦੇ 'ਤੇ ਜਾਂਦੇ ਹਾਂ। ਪੰਜਾਬ ਦੇ ਚੀਫ ਸੈਕਟਰੀ ਅਨੁਰਾਗ ਵਰਮਾ ਦਾ ਇੱਕ ਪੱਤਰ ਸਥਿਤੀ ਕਿਵੇਂ ਬਦਲਦਾ ਹੈ? ਇਹ ਵੀ ਅਹਿਮ ਸਵਾਲ ਹੈ। ਕੀ ਹੋਰ ਮਾਮਲਿਆਂ 'ਚ ਵੀ ਪੱਤਰ ਲਿਖੇ ਜਾ ਸਕਦੇ FIR ਨੂੰ ਲੈ ਕੇ, ਜਾਂ ਹੋਰ ਨੀਤੀਗਤ ਮਾਮਲੇ ਜਿਨ੍ਹਾਂ ਦੇ ਵਿੱਚ ਤੁਹਾਡੀ ਯੂਰੀਡਿਕਸ਼ਨ ਦੇ ਵਿੱਚ ਦੂਜਿਆਂ ਦੀ ਦਖਲ ਅੰਦਾਜ਼ੀ, ਕੀ ਇੱਥੇ ਲੋੜ ਅਨੁਸਾਰ ਦਖਲ ਨਹੀਂ ਦਿੱਤਾ ਗਿਆ? ਸਵਾਲ ਉੱਠ ਰਿਹਾ। ਤੀਜਾ ਮਾਮਲਾ, ਕੀ ਕਿਸਾਨ ਅੰਦੋਲਨ ਦੀ ਲਗਾਤਾਰਤਾ ਨੇ ਸਿਆਸੀ ਪਾਰਟੀਆਂ ਦੀ ਜ਼ਮੀਨ ਬੁਰੀ ਤਰ੍ਹਾਂ ਖਿਸਕਾਤੀ ਹੈ? ਅੱਜ ਕੈਂਡੀਡੇਟਸ ਦੇ ਨਜ਼ਰੀਏ ਤੋਂ ਔਰ ਪਾਰਟੀਆਂ ਦੇ ਮੁੱਦਿਆਂ ਦੇ ਨਜ਼ਰੀਏ ਤੋਂ ਬੜੀ ਮੁਸ਼ਕਲ ਸਥਿਤੀ ਹੋਈ ਪਈ ਹੈ, ਕਿਵੇਂ ਹੋਈ ਹੈ ਇਹਦੇ ਉੱਤੇ ਜਾਣਦੇ ਹਾਂ। ਵੈਸੇ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਸਮਝ ਦਾ ਵੀ ਕੋਈ ਪਾਰਾਵਾਰ ਨਹੀਂ ਹੁੰਦਾ, ਇਹ ਸਮਝ ਨੂੰ ਸਮਝਣ ਲਈ ਵੀ ਤੁਹਾਨੂੰ ਹੋਰ ਸਮਝ ਲਿਆਉਣੀ ਪੈਂਦੀ ਆ। ਜਦੋਂ ਕੱਲ੍ਹ ਰਾਜਾ ਵੜਿੰਗ ਦਾ ਇੱਕ ਮੈਂ ਬਿਆਨ ਦੇਖ ਰਿਹਾ, ਉਹ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਿਸੇ ਵੀ ਕਿਸੇ ਨੂੰ ਵੀ ਪੰਜਾਬੀ ਉਹ ਵੋਟ ਪਾ ਦਿਓ। ਕੀ ਉਹ ਆਪਣੀ ਪਾਰਟੀ ਦੇ ਪ੍ਰਧਾਨ ਹੁੰਦਿਆਂ ਐਸੀ ਸਟੇਟਮੈਂਟ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਦੇ ਰਹੇ ਨੇ? ਦਿਲਚਸਪ ਸਵਾਲ ਹੈ। ਜਦੋਂ NSA ਦਾ ਫੈਸਲਾ ਹਰਿਆਣਾ ਦੀ ਸਰਕਾਰ ਵਾਪਸ ਲੈਂਦੀ ਆ ਤਾਂ ਮੁਲਾਂਕਣਕਾਰ ਮੰਨ ਰਹੇ ਨੇ ਕਿ ਪੇਂਡੂ ਵੋਟ ਦਾ ਖਿਸਕਣਾ ਜਾਂ ਪੇਂਡੂ ਪੱਧਰ ਦੇ ਉੱਤੇ ਨੁਕਸਾਨ ਦੇ ਨਜ਼ਰੀਏ ਤੋਂ ਇਹ ਫੈਸਲਾ ਲਿਆ ਗਿਆ। ਹਰਿਆਣੇ ਦੇ ਵਿੱਚ ਵੀ ਜਮਾਂ ਜੋੜ ਹੋ ਰਹੇ ਆ ਕਿ ਇਸ ਅੰਦੋਲਨ ਦਾ ਕਿਧਰੇ ਨੁਕਸਾਨ ਜ਼ਿਆਦਾ ਨਾ ਹੋ ਜੇ, ਇਹ ਕਿਵੇਂ ਸਮੀਕਰਨ ਬਦਲਦੇ ਆ ਇਹਦੇ ਉੱਤੇ ਜਾਣੇ ਆ। ਵੈਸੇ ਕੱਲ ਅਨਾਊਂਸਮੈਂਟ ਜਦੋਂ ਹੋਈ ਕਿ ਦੇਸ਼ ਦੇ ਕ੍ਰਿਮੀਨਲ ਲਾਅ ਜਿਹੜੇ 1 ਜੁਲਾਈ ਤੋਂ ਨਵੇਂ ਸਿਰਿਓਂ ਲਾਗੂ ਹੋਣਗੇ, ਤਾਂ ਟਰੱਕਾਂ ਵਾਲਿਆਂ ਦੀ ਸਟ੍ਰਾਈਕ ਯਾਦ ਆਉਂਦੀ ਹੈ। ਉਸ ਕਾਨੂੰਨ ਨੂੰ ਪਿੱਛੇ ਰੱਖ ਲਿਆ ਜਾਣਾ ਸਦਾ ਹਮੀਰ ਸਿੰਘ ਹੋਰਾਂ ਤੋਂ ਸਮਝਦੇ ਹਾਂ। ਜਦੋਂ ਪੰਜਾਬ ਦੇ ਵਿੱਚ ਰੌਲੇ ਸੀ ਔਰ ਖਾਸ ਤੌਰ ਦੇ ਉੱਤੇ 4 ਰਾਜਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਮਝੌਤਾ ਹੁੰਦਾ, ਉਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਨਾਲ ਸਮਝੌਤਾ ਹੁੰਦਾ, ਤਾਂ ਭਾਰਤੀ ਜਨਤਾ ਪਾਰਟੀ ਦੇ ਅੰਦਰ ਵੀ ਹਲਚਲ ਦੇਖੀ ਗਈ। ਅਮਿਤ ਸ਼ਾਹ ਤੇ ਉਹਨਾਂ ਦੇ ਪ੍ਰਧਾਨ JP Nadda ਬੈਠਦੇ ਨੇ, ਕਾਫੀ ਨਵੇਂ ਤਰੀਕੇ ਨਾਲ ਪੇਸ਼ ਹੋ ਰਹੀਆਂ ਨੇ ਸਿਆਸਤ ਦੀਆਂ ਨਵੀਆਂ ਨਵੀਆਂ ਬਸਾਤਾਂ। ਸਦਾ ਹਮੀਰ ਸਿੰਘ ਜੀ, ਸਭ ਤੋਂ ਪਹਿਲਾਂ ਜੇ ਸਮਝਣ ਦਾ ਯਤਨ ਕਰੀਏ ਕਿ ਪੰਜਾਬ ਦੇ ਚੀਫ ਸੈਕਟਰੀ ਜਦੋਂ ਰੋਹਤਕ ਦੇ ਵਿੱਚ ਜੇਰੇ ਇਲਾਜ ਇੱਕ ਨੌਜਵਾਨ ਨੂੰ ਵਾਪਸ ਭੇਜਣ ਦੀ ਚੰਡੀਗੜ੍ਹ 'ਚ ਸ਼ਿਫਟ ਕਰਨ ਦੀ ਮੰਗ ਕਰਨ ਦਾ ਪੱਤਰ ਲਿਖਦੇ ਆ, ਤਾਂ 24 ਘੰਟਿਆਂ ਦੇ ਅੰਦਰ ਅੰਦਰ ਕਾਰਵਾਈ ਹੁੰਦੀ ਦੇਖੀ ਗਈ। ਸੋ ਇੱਕ ਚਰਚਾ ਛਿੜ ਜਾਂਦੀ ਹੈ ਕਿ ਜਦੋਂ ਸਰਕਾਰਾਂ ਕੰਮ ਕਰਨ ਤੇ ਆਉਂਦੀਆਂ ਨੇ ਜਾਂ ਕੋਈ ਲਿਖਤ ਵਿੱਚ ਸ਼ਬਦ ਜਾਂਦਾ ਹੈ ਤੇ ਉਹਨੂੰ ਮੋੜਨਾ ਔਖਾ ਹੋ ਜਾਂਦਾ, ਕਿਉਂਕਿ ਫਿਰ ਉਹ ਰਿਕਾਰਡ ਦਾ ਹਿੱਸਾ ਬਣ ਜਾਂਦਾ। ਕਿਸਾਨੀ ਅੰਦੋਲਨ ਦੇ ਨਜ਼ਰੀਏ ਤੋਂ ਪੰਜਾਬ ਸਰਕਾਰ ਦੀ ਆਲੋਚਨਾ ਉਹੀ ਧਿਰਾਂ ਕਰ ਰਹੀਆਂ ਜਿਹੜੀਆਂ ਇਹਦੇ ਨਾਲ ਗੱਲਬਾਤ ਦੇ ਵਿੱਚ ਸੀਗੀਆਂ। ਡੱਲੇਵਾਲ ਤੇ ਭੰਦੇਰ ਅਕਸਰ ਪੰਜਾਬ ਸਰਕਾਰ ਨਾਲ ਗੱਲਬਾਤ 'ਚ ਬੈਠਦੇ ਰਹੇ ਨੇ, ਉਹੀ ਇਹਨਾਂ ਦੀ ਆਲੋਚਨਾ ਕਰ ਰਹੇ ਨੇ। ਸਥਿਤੀਆਂ ਹੋਰ ਦੇਸ਼ਾਂ 'ਚ ਮੋੜਾ ਕੱਟ ਰਹੀਆਂ ਨੇ ਸਾਹਮਣੇ, ਚੋਣ ਆ, ਕਿਵੇਂ ਦੇਖ ਰਹੇ ਹੋ ਚੀਜ਼ਾਂ ਨੂੰ? ਅਸਲ 'ਚ ਜਦੋਂ ਦਾ ਕਿਸਾਨ ਅੰਦੋਲਨ ਚੱਲਿਆ ਤਾਂ ਕਿਸਾਨ ਅੰਦੋਲਨ 'ਚ ਐਵੇਂ ਲੱਗਦਾ ਸੀ ਵੀ ਪੰਜਾਬ ਸਰਕਾਰ, ਖਾਸ ਤੌਰ 'ਤੇ ਚੀਫ ਮਿਨਿਸਟਰ ਨੇ ਆਪ ਕਿਹਾ ਕਿ ਉਹ ਵਿਚੋਲਗੀ ਕਰ ਰਹੇ ਨੇ ਉੱਤਾਂ, ਤਾਂ ਕਿ ਮਾਮਲਾ ਨੇੜੇ ਲੱਗ ਸਕੇ। ਇਹ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿੱਚ ਅਸਲ 'ਚ ਸਟਰਗਲ ਹੈ, ਲੜਾਈ ਹੈ। ਪੰਜਾਬ ਦੇ ਪੁਲਿਸ ਅਫਸਰ ਵੀ ਲਗਾਤਾਰ ਮੀਡੀਏਟਰ ਦੀ ਰੋਲ ਨਿਭਾ ਰਹੇ ਸੀ ਲਗਾਤਾਰ, ਪਰ ਉਹਦੇ ਦੌਰਾਨ ਇੱਕ ਗੱਲ ਚੱਲਦੀ ਰਹੀ ਲਗਾਤਾਰ 13 ਤਰੀਕ ਤੋਂ ਲੈ ਕੇ ਹੀ,
ਕਿ ਜਿਹੜੇ ਸੰਭੂ ਬਾਰਡਰ ਤੇ ਖਨੌਰੀ ਜਿਹੜੇ ਕੰਕਰੀਟ ਲਾਏ ਨੇ, ਜਿਹੜੇ ਕਿੱਲ ਲਾਏ ਨੇ, ਜਿਹੜੇ ਇਸ ਲੈਵਲ ਦੀਆਂ ਚੀਜ਼ਾਂ ਕੀਤੀਆਂ ਨੇ, ਜਾਂ ਜਿਹੜੇ ਡਰੋਨਾਂ ਦੇ ਰਾਹੀਂ ਅਥਰੂ ਗੈਸ ਦੇ ਗੋਲੇ, ਪਲਾਸਟਿਕ ਦੀਆਂ ਗੋਲੀਆਂ ਤੇ ਪੈਲਟੇ ਗੰਨਾਂ ਚਲਾਈਆਂ ਜਾਂਦੀਆਂ ਨੇ ਇੱਧਰ ਆ ਕੇ ਸਾਡੇ ਖੇਤਰ ਦੇ ਵਿੱਚ, ਤਾਂ ਉਹਦੇ ਤੇ ਪੰਜਾਬ ਸਰਕਾਰ ਨੂੰ ਕੋਈ ਲਿਖਤ ਦੇ ਵਿੱਚ, ਕੋਈ ਮੈਸੇਜ ਟੈਲੀਫੋਨਿਕਲੀ ਆਪਣਾ ਵਿਰੋਧ ਦਰਜ ਕਰਾਉਣਾ ਚਾਹੀਦਾ, ਤਾਂ ਕਿ ਉਹ ਇੱਕ ਫੈਡਰਲ ਸਟਰਕਚਰ ਤੁਹਾਡੀ ਇੱਕ ਜੂਹ ਹੈ, ਉਸ ਜੂਹ ਤੋਂ ਪਾਰ ਤੁਸੀਂ ਉਹਨਾਂ ਨੂੰ ਕਹੋ ਆਪਣੇ ਪਾਸੇ ਜੋ ਮਰਜ਼ੀ ਕਰਨ, ਹਜੇ ਤਾਂ ਕਿਸਾਨ ਉੱਧਰ ਗਏ ਨਹੀਂ, ਜੇ ਉੱਧਰ ਜਾਣਗੇ ਜਦ ਨੇੜੇ ਉਦੋਂ ਬਾਅਦ ਤੁਸੀਂ ਕੀ ਕਰਨਾ ਉਹ ਅਲੱਗ ਸਵਾਲ ਹੋਏਗਾ। ਇੱਕ ਤਾਂ ਇਹ ਗੱਲ ਸੀ, ਲਗਾਤਾਰ ਦਬਾਅ ਸਰਕਾਰ ਤੇ ਬਣਦਾ ਸੀ, ਤਾਂ ਇਹ ਦਬਾਅ ਨਾਲ ਇੱਕ ਗੱਲ ਹੋਈ ਸੀ ਕਿ ਪਟਿਆਲੇ ਦੇ ਡਿਪਟੀ ਕਮਿਸ਼ਨਰ ਵੱਲੋਂ ਇੱਕ ਜ਼ਰੂਰ ਚਿੱਠੀ ਗਈ ਸੀ ਜਾਂ ਗੱਲਬਾਤ ਉਸ ਲੈਵਲ ਤੇ ਹੋਈ ਸੀ ਕਿ ਭਾਈ ਇਹ ਤੁਸੀਂ ਨਾ ਕਰੋ ਕਿਸੇ ਤਰੀਕੇ ਦਾ। ਪਰ ਉਦੋਂ ਬਾਅਦ ਵੱਡੀਆਂ ਘਟਨਾਵਾਂ ਵਾਪਰੀਆਂ, ਆਪਾਂ ਦੇਖਿਆ ਕਿ ਖਰੌਰੀ ਦੇ ਵਿੱਚ ਵਾਪਰੀ, ਸੁਭ ਕਰਨ ਦਾ ਕਤਲ ਹੋ ਜਾਂਦਾ, ਫਿਰ ਇੱਧਰ ਆ ਕੇ ਇੱਕ ਗਰੁੱਪ ਆਉਂਦਾ ਜਿਹਦੇ ਬਾਰੇ ਹੁਣ ਉਹ ਵੀਡੀਓਜ਼ ਬਹੁਤ ਆ ਰਹੀਆਂ ਨੇ ਕਿ ਕੁਝ ਸਿਵਲ ਵਰਦੀ ਚ ਵੀ ਨੇ ਉਹਨਾਂ ਚੋਂ ਬੰਦੇ, ਤੇ ਨਾਲ ਅਫੀਸਰ ਵਰਦੀ ਚ ਵੀ ਨੇ, ਟਰੈਕਟਰ ਤੋੜਦੇ ਨੇ, ਕਾਰਾਂ ਤੋੜਦੇ ਨੇ, ਈਵਨ ਮੈਡੀਕਲ ਵੈਨਾਂ ਨੂੰ ਵੀ ਨਹੀਂ ਛੱਡਦੇ, ਉਹ ਸਾਰਾ ਕੁਝ ਆਉਂਦਾ। ਉਹਦੇ ਆਧਾਰ ਤੇ ਇੱਕ ਡਿਮਾਂਡ ਲਗਾਤਾਰ ਹੁਣ ਉਹ ਉਹਨੂੰ ਜਿਹੜੇ ਲੋਕ ਡਿਮਾਂਡ ਕਰਦੇ ਸੀ ਨਾ, ਉਹ ਹੁਣ ਉਹ ਜ਼ਿਆਦਾ ਪੁਖਤਾ ਡਿਮਾਂਡ ਦੇ ਤੌਰ ਤੇ ਸਾਹਮਣੇ ਆਈ ਹੈ ਇੱਕ ਲੈਵਲ ਦੇ ਉੱਤੇ। ਜਦੋਂ ਪੰਜਾਬ ਦੇ ਚੀਫ ਮਿਨਿਸਟਰ ਨੇ, ਚੀਫ ਸੈਕਟਰੀ ਨੇ ਇੱਕ ਚਿੱਠੀ ਹਰਿਆਣੇ ਦੇ ਚੀਫ ਸੈਕਟਰੀ ਨੂੰ ਲਿਖੀ ਹੈ ਕਿ ਸਾਡਾ ਇਹ ਮੁੰਡਾ ਪ੍ਰਿਤਪਾਲ ਸਿੰਘ ਜਿਹਨੂੰ ਪੁਲਿਸ ਲੈ ਗਈ ਸੀ ਉੱਧਰ, ਉਦੋਂ ਲਿਜਾ ਕੇ ਉਹਨਾਂ ਨੇ ਰੋਹਤਕ ਦੀ PGI ਚ ਦਾਖਲ ਕਰਾਤਾ ਸੀ, ਉਹਦੀ ਇੱਛਾ ਸੀਗੀ ਕਿ ਮੈਂ ਤਾਂ ਇੱਕ ਡਰ, ਇੱਕ ਟੈਰਰ ਵੀ ਹੁੰਦਾ ਹਮੇਸ਼ਾ ਹੀ ਕਿ ਜੇ ਤੁਸੀਂ ਆਈਸੋਲੇਸ਼ਨ ਹਸਪਤਾਲ ਚ ਵੀ ਹੋਵੋ ਜਦੋਂ ਇੰਨਾ ਕੁੱਟੇ, ਔਰ ਕਿਹਾ ਜਾ ਰਿਹਾ ਕਿ ਉਹਦੇ ਹੱਡੀ ਲੱਤ ਦੀ ਵੀ ਟੁੱਟੀ ਹੋਈ ਹੈ, ਉਹਦੇ ਇੱਥੇ ਵੀ ਦੰਦ ਟੁੱਟੇ ਹੋਏ ਨੇ ਕਾਫੀ ਪੂਰੀ ਤਰ੍ਹਾਂ, ਤੇ ਨੱਕ ਦੀ ਹੱਡੀ ਦੇ ਵੀ ਮਾਮਲਾ, ਸਾਰਾ ਕੁਛ ਇਸ ਲੈਵਲ ਤੇ ਹੈ। ਔਰ ਇੱਕ ਨੈਗਲੀਜੈਂਸੀ ਇਹ ਵੀ ਕਹੀ ਜਾ ਰਹੀ ਸੀ ਕਿ ਅਜੇ ਤੱਕ ਉਹਦਾ ਕੋਈ ਬਹੁਤਾ ਟ੍ਰੀਟਮੈਂਟ ਨਹੀਂ ਸੀ ਹੋਇਆ ਉੱਥੇ ਪਏ ਹੋਣ ਦੇ ਬਾਵਜੂਦ, ਇਸ ਲਈ ਪੰਜਾਬ ਦੀ ਪੋਲੀਟੀਕਲ ਲੀਡਰਸ ਵੀ ਸਰਗਰਮ ਹੋਈ। ਵਿਕਰਮ ਸਿੰਘ ਮਜੀਠੀਆ ਨੇ ਆਪਣੇ ਲੈਵਲ ਤੇ ਕਿਹਾ ਪ੍ਰੈਸ ਕਾਨਫਰੰਸ ਕਰਕੇ ਵੀ ਮੈਂ ਅਨਿਲ ਵਿਜ ਨਾਲ ਗੱਲ ਕੀਤੀ ਹੈ ਤੇ ਇੱਧਰ ਆ ਜਾਏ ਜੀ, ਹੋਰ ਪਾਰਟੀਆਂ ਦੇ ਲੀਡਰ ਸਰਗਰਮ ਹੋਏ, ਕਿਸਾਨ ਯੂਨੀਅਨ ਵੱਲੋਂ ਇਹ ਬਲਦੇਵ ਸਿੰਘ ਸਰਸਾ ਜਾ ਕੇ ਆਏ, ਉਹਨੂੰ ਮਿਲ ਕੇ ਉੱਥੇ ਰੋਹਤਕ ਚ ਫੋਟੋ ਖਿਚਾ ਕੇ ਦਿਖਾਇਆ ਵੀ ਅਸੀਂ ਵੀ ਹਾਂ। ਪਰ ਚੀਫ ਸੈਕਟਰੀ ਦੀ ਚਿੱਠੀ ਜਦੋਂ ਜਾਂਦੀ ਹੈ ਇਨ ਰਾਈਟਿੰਗ, ਤਾਂ ਮੇਰਾ ਖਿਆਲ ਹੈ ਉਹ ਨਹੀਂ, ਕੋਈ ਵੀ ਉਹਨੂੰ ਡਰਾਈ ਨਹੀਂ ਕਰ ਸਕਦਾ, ਜਾਂ ਉਹਨਾਂ ਨੂੰ ਰਾਈਟਰ ਨੂੰ ਜਵਾਬ ਦੇਣਾ ਪਏਗਾ ਜਾਂ ਉਹ ਗੱਲ ਮੰਨਣੀ ਪਏਗੀ, ਦੋ ਹੀ ਗੱਲਾਂ ਨੇ, ਦੋਨਾਂ ਚ ਤੁਸੀਂ ਕੀ ਰੱਖ ਸਕਦੇ। ਔਰ ਆਟੋਮੈਟਿਕਲੀ ਉਹਦਾ ਅਸਰ ਹੋਇਆ ਤੇ ਉਹ ਕੱਲ ਹੀ ਸ਼ਿਫਟ ਹੋ ਗਏ PGI ਦੇ ਵਿੱਚ, ਤੇ ਇਹ ਇੱਕ ਸਾਰਥਿਕ ਕਦਮ ਹੈ। ਪਰ ਨਾਲ ਇਹ ਕਿਹਾ ਜਾ ਰਿਹਾ ਕਿ ਇਦੋਂ ਪਹਿਲਾਂ ਉਹੀ ਜੀ ਉਹ ਚਿੱਠੀ ਚੀਫ ਸੈਕਟਰੀ ਜਾਂ ਸਾਡੇ ਸੂਬੇ ਦਾ DGP, ਤੁਸੀਂ ਦੇਖੋ ਹਰਿਆਣਾ ਦੇ DGP ਨੇ ਜਦੋਂ ਇਹ ਲੱਗਿਆ ਕਿ ਉੱਧਰ ਜਾਣਗੇ, 21 ਤਰੀਕ ਹੈ, ਜੇ ਐਸਾ ਇੱਕ ਦਿਨ ਪਹਿਲਾਂ ਚਿੱਠੀ ਲਿਖਤੀ ਕਿ ਤੁਸੀਂ ਜੀ JCB ਨੂੰ ਇਹਨਾਂ ਨੂੰ ਸਾਰਿਆਂ ਨੂੰ ਰੋਕੋ, ਔਰ ਰੋਕਣਾ ਸ਼ੁਰੂ ਵੀ ਹੋ ਗਿਆ, ਨਾਕੇ ਲੱਗ ਗਏ ਪੰਜਾਬ ਪੁਲਿਸ ਦੇ ਸਾਰੇ ਕਿਤੇ, ਉਹ ਰਾਈਟਿੰਗ ਚ ਜਵਾਬ ਦੇਣਾ ਪੈਂਦਾ ਇਹਨਾਂ ਨੂੰ ਵੀ, ਜੇ ਰਾਈਟਿੰਗ ਆ ਗਿਆ ਨਹੀਂ ਉਹ ਕਹਿਣਗੇ ਤੁਹਾਡੀ ਜ਼ਿੰਮੇਵਾਰੀ ਤੈਅ ਕਰਤੀ, ਅਸੀਂ ਤਾਂ ਜੀ ਇਹਨਾਂ ਨੇ ਨੀ ਕੰਮ ਕੀਤਾ, ਸਹਿਯੋਗ ਨਹੀਂ ਦਿੱਤਾ। ਉਸੇ ਤਰੀਕੇ ਦੇ ਨਾਲ ਜੇ ਔਨ ਰਿਕਾਰਡ ਇਹ ਚਿੱਠੀਆਂ ਲਿਖੀਆਂ ਹੁੰਦੀਆਂ, ਫਿਰ ਸ਼ਾਇਦ FIR ਕਰਨਾ ਵੀ ਔਖਾ ਨਹੀਂ ਹੁੰਦਾ। FIR ਕਰਨਾ ਤਾਂ ਹੁਣ ਵੀ ਔਖਾ ਨਹੀਂ, ਪਤਾ ਨਹੀਂ ਕਿਉਂ ਨਹੀਂ ਕਰ ਰਹੇ, ਸ਼ੁਭ ਕਰਨ ਦੇ ਮਾਮਲੇ ਦੇ ਵਿੱਚ ਤੇ ਉਹ ਜਿਹੜੇ ਵਾਹਨ ਤੋੜਨ ਦੇ ਮਾਮਲੇ ਦੇ ਵਿੱਚ ਜਿਹੜਾ ਮਾਲੀ ਨੁਕਸਾਨ ਵੀ ਹੈ। ਪਰ ਉਦੋਂ ਤਾਂ ਫਿਰ ਇੱਕ ਗੱਲ ਹੋ ਜਾਂਦੀ, ਉਹ ਤਸਦੀਕ ਹੋ ਜਾਂਦੀ ਕਿ ਪੰਜਾਬ ਗੌਰਮੈਂਟ ਵਾਰ ਵਾਰ ਲਿਖ ਰਹੀ ਹੈ, ਹਰਿਆਣਾ ਗੌਰਮੈਂਟ ਆਪਣੇ ਜਿਹੜੇ ਦਾਇਰੇ ਨੂੰ ਉਲੰਘ ਕੇ ਇੱਕ ਵੱਡੇ ਜਿਹੜੀ ਗੱਲ ਕਰ ਰਹੀ ਹੈ, ਤਾਂ ਉਹਨੂੰ ਕਾਨੂੰਨ ਦੇ ਕਟਹਿਰੇ ਚ ਖੜਾ ਹੋਣਾ ਪਊਗਾ। ਤੇ ਬਾਕੀ ਦੀਆਂ ਚੀਜ਼ਾਂ ਨੇ ਅਦਾਲਤਾਂ ਦੇ ਵਿੱਚ, ਫਿਰ ਜਦੋਂ FIR ਦਰਜ ਹੁੰਦੀ ਹੈ ਉਹ ਚਿੱਠੀ ਪੱਤਰ ਉਹਦੀ ਸਪੋਰਟ ਕਰਦਾ, ਉਦੋਂ ਬਾਅਦ ਕਿ ਦੇਖੋ ਜੀ ਇਹ ਰਾਈਟਿੰਗ ਹੈ ਇਹਨਾਂ ਨੇ ਦਿੱਤਾ, ਤੇ ਹਜੇ ਹੁਣ ਰੌਲਾ ਪੈ ਰਿਹਾ ਜੀ ਉਹ ਸਾਡੀ ਜੁਰਿਸਡਿਕਸ਼ਨ ਹੈ ਜਾਂ ਨਹੀਂ, ਉਹ ਅਸੀਂ ਤਾਂ 1 ਕਿਲੋਮੀਟਰ ਦੂਰ ਲਾਇਆ ਹੋਇਆ ਜਾਂ ਨੇੜੇ।
ਜੇ ਉਹ ਚਿੱਠੀ ਲਿਖੀ ਜਾਂਦੀ ਤਾਂ ਇਨ ਰਾਈਟਿੰਗ ਹਰਿਆਣੇ ਨੂੰ ਦੇਣਾ ਪੈਂਦਾ ਰੈਵਨਿਊ ਰਿਕਾਰਡ ਦੇ ਮੁਤਾਬਕ ਵੀ ਨਾ ਕਿ ਦੇਖੋ ਜੀ ਇੱਥੇ ਤੱਕ ਸਾਡੀ ਹੈ, ਅਸੀਂ ਤਾਂ ਇੱਥੇ ਹੀ ਲੱਗੇ ਹਾਂ ਜਾਂ ਇਦੋਂ ਅੱਗੇ ਤੁਹਾਡੀ ਹੈ, ਅਸੀਂ ਇੱਥੋਂ ਲੱਗੇ ਹਾਂ। ਮੈਂ ਸਿੰਘੂ ਤੇ ਆਪ ਦੇਖਿਆ ਇੱਕ ਆਮ ਬੰਦਾ ਜਿਹਦੀ ਜ਼ਮੀਨ ਲੱਗਦੀ ਹੈ ਸਿੰਘੂ ਪੁਲ ਦੇ ਨੇੜੇ ਤੇੜੇ ਸਾਰੇ ਕਿਤੇ, ਉਹ ਇੱਕ ਨਕਸ਼ਾ ਲੈ ਕੇ ਆਉਂਦਾ ਹੈ ਜਿਹੜਾ ਪਟਵਾਰਕ ਪਟਵਾਰੀ ਦਾ ਟੋਟਲ ਨਕਸ਼ਾ ਰੈਵਨਿਊ ਰਿਕਾਰਡ, ਉਹ ਉਹਦੇ ਚ ਇਹ ਦਿਖਾਇਆ ਜਾਂਦਾ ਕਿ ਸਿੰਘ ਜਿਹੜਾ ਘੱਗਰ ਦਾ ਪਰਲਾ ਪੁਲ ਹੈ, ਪਰਲੀ ਸਾਈਡ ਹੈ, ਉੱਥੇ ਤੱਕ ਪੰਜਾਬ ਹੈ, ਘੱਗਰ ਦੇ ਹਿੱਸੇ ਦਾ ਵੀ ਪੰਜਾਬ ਦੇ ਵਿੱਚ ਹੈ, ਇੱਥੋਂ ਨੇੜੇ ਜ਼ਿਆਦਾਤਰ ਉਹ ਪੰਜਾਬ ਦੇ ਵਿੱਚ ਹੈ। ਤੇ ਉਹ ਕਹਿ ਰਿਹਾ ਵੀ ਉਹਨਾਂ ਨੇ ਜਿਹੜੀ ਰੋਕ ਲਾਈ ਹੈ ਪੁਲ ਦੇ ਵਿਚਾਲੇ ਆ ਕੇ, ਇਹ ਵੀ ਪੰਜਾਬ ਵਾਲੇ ਪਾਸੇ ਲਾਈ ਹੋਈ ਹੈ, ਜੇ ਤੁਸੀਂ ਇਹ ਗੱਲ ਕਰਦੇ ਹੋ ਤਾਂ ਇਹ ਰਿਕਾਰਡ ਸਰਕਾਰ ਕੋਲ ਤਾਂ ਹੋਊਗੀ, ਜੇ ਇੱਕ ਇੰਡੀਵਿਜੁਅਲ ਆਦਮੀ ਕੋਲ ਹੈ ਸਰਕਾਰ ਦੇ ਤਾਂ ਸਾਰੇ ਪਟਵਾਰੀ ਨੇ, ਕਾਨੂੰਗ ਨੇ, ਸਾਰਾ ਡਿਸਟ੍ਰਿਕਟ ਕਲੈਕਟਰ ਨੇ, ਸਾਰਾ ਕੁਛ ਹੈ, ਤਾਂ ਉਹਦਾ ਅਸਰ ਮੇਰਾ ਖਿਆਲ ਹੈ ਜ਼ਿਆਦਾ ਪੈਂਦਾ। ਤੇ ਜਿਹੜੀ ਪੰਜਾਬ ਸਰਕਾਰ ਹੈ ਭਗਵੰਤ ਮਾਨ ਦੀ, ਇਹਦੇ ਤੇ ਪ੍ਰੈਸ਼ਰ ਘੱਟ ਜਾਂਦਾ, ਜਿਹੜਾ ਹੁਣ ਡਿਮਾਂਡ ਇਹਨਾਂ ਤੇ ਪ੍ਰੈਸ਼ਰ ਵੱਧ ਰਿਹਾ ਕਿ ਤੁਸੀਂ FIR ਨਹੀਂ ਲਿਖਦੇ, ਤੁਸੀਂ ਚਿੱਠੀ ਨਹੀਂ ਲਿਖਦੇ, ਤੁਸੀਂ ਪੋਲੀਟੀਕਲ ਵਿਲ ਪਾਵਰ ਨਹੀਂ ਦਿਖਾਉਂਦੇ, ਤੁਸੀਂ ਗਵਰਨਮੈਂਟ ਆਫ ਇੰਡੀਆ ਨਾਲ ਮਿਲ ਕੇ ਚੱਲਦੇ ਹੋ, ਜਿਹੜੇ ਸਾਰੇ ਦੋਸ਼ ਨੇ ਜਾਂ ਇਲਜ਼ਾਮ ਨੇ, ਇਹ ਇਲਜ਼ਾਮਾਂ ਤੋਂ ਇਹ ਸਰਕਾਰ ਬਚ ਸਕਦੀ ਸੀ ਜੇਕਰ ਇਹ ਸਾਰਾ ਕੁਛ ਕਰ। ਮੈਂ ਇੱਕ ਵੱਡੇ ਅਧਿਕਾਰੀ ਨਾਲ ਗੱਲ ਕਰਨ ਦੇ ਆਰ ਦੇ ਵਿੱਚ ਇਹ ਸਮਝਣ ਦੇ ਯਤਨ ਦੇ ਵਿੱਚ ਕਿ FIR ਕਰਨ ਚ ਅੜਿੱਚਣ ਕੀ ਆ, ਜਦੋਂ ਅੱਗੇ ਟੋਟਲ ਪੋਲਿਟਿਕਸ ਹੈ, 2 ਮਹੀਨੇ ਬਾਅਦ ਤੁਹਾਨੂੰ ਲੋਕਾਂ ਚ ਜਾਣਾ ਹੀ ਪੈਣਾ ਹੈ ਤੁਹਾਡੀ ਸਰਕਾਰ ਨੂੰ, ਤਾਂ ਤੁਹਾਨੂੰ ਕੀ ਹਦਾਇਤਾਂ ਨੇ, ਕਿਸ ਤਰ੍ਹਾਂ ਦੀ ਸਰਕਾਰ ਦੀ ਇੱਛਾ ਹੈ। ਤਾਂ ਮੈਨੂੰ ਥੋੜਾ ਜਿਹਾ ਅਜੀਬ ਲੱਗਿਆ ਇਹ ਜਾਣ ਕੇ ਕਿ ਮੰਨਿਆ ਜਾ ਰਿਹਾ ਕਿ ਹਰਿਆਣੇ ਦੇ ਉਹਨਾਂ ਦੇ ਕੋਪਸ ਦੇ ਖਿਲਾਫ ਕੋਈ FIR ਦਰਜ ਕਰਦੇ ਆ ਤਾਂ ਉਹ ਆਪਣੇ ਯੂਰਿਡਿਕਸ਼ਨ ਦੇ ਮਾਮਲੇ ਨੂੰ ਅੱਗੇ ਲਿਆ ਕੇ ਬਹੁਤ ਸਾਰੇ ਕਿਸਾਨਾਂ ਦੇ ਖਿਲਾਫ ਵੀ ਕਰ ਸਕਦੇ ਆ, ਔਰ ਉਹ ਕਿਸਾਨਾਂ ਦੇ ਖਿਲਾਫ ਇਸ ਤਰ੍ਹਾਂ ਦੀ FIR ਦੇ ਵਿੱਚ ਦੋਵਾਂ ਧਿਰਾਂ ਦੇ ਵਿੱਚ ਇਹ ਲਿਟੀਗੇਸ਼ਨ 'ਚ ਮਾਮਲਾ ਜਾਊਗਾ। ਸੋ ਇਹਦੇ ਸਿਆਸੀ ਪੱਖ ਵੀ ਦੇਖੇ ਜਾ ਰਹੇ ਆ, ਕਾਨੂੰਨੀ ਪੱਖ ਵੀ ਦੇਖੇ ਜਾ ਰਿਹਾ ਕਿ ਕੱਲ੍ਹ ਨੂੰ ਕੋਈ ਮੁਸ਼ਕਲ ਨਾ ਖੜੀ ਹੋਵੇ, ਇਹ ਨਾ ਹੋਵੇ ਕਿ ਸਾਡੇ ਕਿਸਾਨ ਆਗੂ ਜਾਂ ਜਿਹੜੇ ਉਸ ਏਰੀਏ ਦੇ ਵਿੱਚ ਵਿਚਰਦੇ ਸੀ ਜਾਂ ਕੋਈ CCTVs ਦੇ ਵਿੱਚ ਜਾਂ ਬਾਕੀ ਚੀਜ਼ਾਂ, ਉਹ ਸਾਰੀਆਂ ਕਿਤੇ ਆੜੇ ਨਾ ਆ ਜਾਣ ਤੇ ਇਹ ਜ਼ਿਆਦਾ ਵੱਡੀ ਪਰੇਸ਼ਾਨੀ ਨਾ ਸਿਰ ਪੀੜ ਨਾ ਹੋ ਜੇ। ਹਾਲਾਂਕਿ ਇਹਨੂੰ ਤੁਸੀਂ ਬਹਾਨਿਆਂ ਦੇ ਰੂਪ ਵਿੱਚ ਵੀ ਮੰਨ ਸਕਦੇ ਹੁੰਦੇ ਹੋ ਕਿ ਤੁਸੀਂ FIR ਕਰੋ, ਕਤਲ ਹੋਇਆ ਔਰ ਬਹੁਤ ਸਾਰੇ ਲੋਕ ਜ਼ਖਮੀ ਹੋਏ ਆ, ਕਰਨੀ ਬਣਦੀ ਹੈ। ਇਹ ਲਾਅ ਦਾ ਮਾਮਲਾ, ਕਨਸਟੀਟਿਊਸ਼ਨ ਦਾ ਮਾਮਲਾ, ਕ੍ਰਾਈਮ ਹੋਇਆ ਤਾਂ FIR ਕਿਉਂ ਨਹੀਂ? ਔਰ ਸਾਰੇ ਹਾਈ ਕੋਰਟ ਨੇ ਬਾਹਰ ਨੇ ਜਿਹੜੀ ਹੜਤਾਲ ਕੀਤੀ ਤੇ ਉਹਨਾਂ ਦੇ ਸੀਨੀਅਰ ਵਕੀਲ ਇਹ ਕਹਿੰਦੇ ਨੇ ਕਿ 0 ਨੰਬਰ FIR ਹੁੰਦੀ ਆ, ਉਹਦੇ ਕੋਈ ਬਹੁਤਾ ਨਾਂ ਨਹੀਂ ਪਾਉਣ ਦੀ ਲੋੜ ਜਾਂ ਬਾਕੀ ਚੀਜ਼ਾਂ ਨਹੀਂ ਪਾਉਣ ਦੀ ਲੋੜ, ਕਿੰਨੇ ਨੰਬਰ ਹੈ, 0 ਨੰਬਰ ਤੁਸੀਂ ਦਰਜ ਕਰਕੇ ਉਦੋਂ ਬਾਅਦ ਇਨਵੈਸਟੀਗੇਟ ਸਟਾਰਟ ਕਰਦੇ ਹੋ। ਇਨਵੈਸਟੀਗੇਸ਼ਨ ਤੋਂ ਬਾਅਦ ਕਿਹੜੇ ਤੱਥ ਸਾਹਮਣੇ ਆਉਂਦੇ ਨੇ, ਉਧਰ ਲਾਲਕਾ, ਇਧਰ ਲਾਲਕਾ, ਜੇ ਉਹ, ਇਹ ਉਦੋਂ ਬਾਅਦ ਦੀਆਂ ਗੱਲਾਂ ਨੇ, ਇਹ ਸਾਰੀ ਬਾਹਰ ਬਾਜ਼ੀ ਆ। ਜਦੋਂ ਟੈਕਨੀਕਲ ਜਿਹੜੇ ਐਕਸਪਰਟ ਨੇ, ਔਰ ਜਾਂ ਤਾਂ ਇਹ ਰਿਕਾਰਡ ਤੇ ਦਿਖਾਉਣ, ਤੁਸੀਂ AG ਤੋਂ ਐਡਵਾਈਸ ਮੰਗੀ ਹੋਵੇ, AG ਦੀ ਐਡਵਾਈਸ ਤੁਹਾਡੇ ਕੋਲ ਲਿਖਤੀ ਆਈ ਹੋਵੇ, ਇਹਦੇ ਨਾਲ ਆਹ ਹੋ ਜੂਗਾ ਜੀ, ਤੁਸੀਂ ਆਹ ਨਹੀਂ ਕਰ ਸਕਦੇ, ਕੋਈ ਆਨ ਗਰਾਊਂਡ ਤਾਂ ਦੱਸੋ ਨਾ, ਜਾਂ ਤੁਸੀਂ ਆਪਣੇ ਆਪ ਹੀ ਸਾਰੇ ਕਾਸੇ ਦੇ ਐਕਸਪਰਟ ਹੋ ਕੇ ਆਪੀ ਤਰੀਕੇ ਨਾਲ ਗੱਲ ਕਰੀ ਜਾਓਗੇ। ਜਿਹੜੀ ਇਨ ਰਾਈਟਿੰਗ ਦੀ ਗੱਲ ਹੁੰਦੀ ਹੈ, ਜੇ ਗਵਰਨਮੈਂਟ ਮੰਨ ਲਓ ਉਹ ਜੀ ਬਹੁਤ ਸਿਹਰਤ ਹੈ, ਕਿਸਾਨਾਂ ਨੂੰ ਨਹੀਂ ਪਤਾ, ਉਸ ਕਿਸਾਨਾਂ ਦਾ ਉਹਨਾਂ ਨਾਲੋਂ ਵੀ ਜ਼ਿਆਦਾ ਸੋਚਦੀ ਹੈ, ਮੈਂ ਤਾਂ ਇਹ ਅਜੀਬ ਜਿਹਾ ਉਹ ਲੱਗਦਾ ਹੈ ਇੱਕ ਟਾਈਪ ਦਾ, ਪਰ ਨਾ ਮੰਨ ਲਿਆ ਜਾਵੇ ਜੀ, ਤਾਂ ਤੁਸੀਂ ਆਨ ਰਿਕਾਰਡ ਕਰੋ ਕਿ ਸਰਕਾਰ ਨੇ ਤੁਰੰਤ AG ਤੋਂ ਰਿਕਾਰਡ ਮੰਗੀ ਹੈ ਐਡਵਾਈਸ, ਜਾਂ ਲੀਗਲ ਮੈਂਬਰਸ ਤੋਂ ਮੰਗੀ ਹੈ, ਜਿਹੜੇ ਤੁਹਾਡੇ ਕੋਲ ਲਾਅ ਦੇ ਵੱਡੇ ਅਫਸਰ ਤੁਹਾਡੇ ਕੋਲ ਹੁੰਦੇ ਨੇ, ਉਹਨਾਂ ਦਾ ਕਹਿਣਾ ਤੁਸੀਂ ਕਿਸਾਨ ਲੀਡਰਾਂ ਨੂੰ ਬੁਲਾ ਕੇ ਉਹਨਾਂ ਨੂੰ ਦਿਖਾ ਦਿਓ, ਉਹਨਾਂ ਨੂੰ ਟੈਕਨੀਕਲੀ ਸਮਝਾ ਦਿਓ, ਫਿਰ ਤਾਂ ਕੋਈ ਰੌਲਾ ਨਹੀਂ ਪੈਣਾ ਨਾ, ਜੇ ਉਹਨਾਂ ਨੂੰ ਲੱਗੂਗਾ ਵੀ ਇਹ ਤਾਂ ਸਾਡੇ ਪੱਖ ਦੇ ਵਿੱਚ ਹੀ ਹੈ, ਕੋਈ ਗੱਲ ਨਹੀਂ ਹੈ, ਤੇ ਕਤਲ ਹੋ ਜੇ, ਬਾਕੀ ਸਾਰਾ ਕੁਝ ਹੋ ਜੇ। ਵੈਸੇ ਵੀ ਤੁਸੀਂ ਦੇਖੋ ਕਿ ਜੁਰਿਸਡਿਕਸ਼ਨ ਦਾ ਮਾਮਲਾ ਕਿਹੜਾ ਕਿੱਥੇ ਹੈ, ਕਿਹੜਾ ਨਹੀਂ ਹੈ, ਛੱਡੋ, ਮੁੰਡੇ ਦਾ ਕਤਲ ਹੋ ਗਿਆ, ਗੋਲੀਆਂ ਲੱਗੀਆਂ ਨੇ 2 ਇੱਥੇ ਨੇ, ਤੇ ਇੰਨੇ ਵਹੀਕਲ ਤੋੜ ਤੇ, ਤੇ ਕੋਈ FIR ਨਾ ਹੋਵੇ, ਇਹ ਲਾਲਸਨੈਸ ਹੈ ਨਾ,
ਇਹਨੂੰ ਤਾਂ ਕਿਸੇ ਵੀ ਭਾਸ਼ਾ ਦੇ ਵਿੱਚ ਤੁਸੀਂ ਕਾਨੂੰਨ ਦਾ ਦਾਇਰਾ ਨਹੀਂ ਕਹਿ ਸਕਦੇ ਕਿਸੇ ਵੀ ਰੂਪ ਦੇ ਵਿੱਚ, ਜੋ ਮਰਜ਼ੀ ਤੁਸੀਂ ਬਾਕੀ ਗੱਲਾਂ ਕਹਿੰਦੇ ਰਹੋ ਉਹ ਤੁਹਾਡੀ ਪੋਲੀਟੀਕਲ ਲੜਾਈ ਹੈ। ਤੁਸੀਂ ਤੁਹਾਨੂੰ ਵਰਗੇ ਹਰਿਆਣੇ ਨਾਲ ਵੀ ਫਿਰ ਲੜਨੀ ਚਾਹੀਦੀ ਹੈ ਕਿ ਜੇ ਕੋਈ ਕਿਸਾਨ ਉੱਧਰ ਚਲਾ ਗਿਆ ਉਹਨੇ ਕ੍ਰਾਈਮ ਕੀ ਕੀਤਾ, ਤੁਸੀਂ ਉਹ ਦੱਸੋ। ਜੀ ਮੰਨ ਲਓ ਕਿਸਾਨ ਨੇ ਜਾ ਕੇ ਉੱਧਰ ਕਿਸੇ ਨੂੰ ਹਰਟ ਕੀਤਾ, ਕਿਸੇ ਦਾ ਕਤਲ ਕੀਤਾ, ਕਿਸੇ ਦੇ ਸੱਟ ਮਾਰੀ, ਠੀਕ ਹੈ, ਫਿਰ ਉੱਧਰ ਉਹਨਾਂ ਨੂੰ ਰਾਈਟ ਹੈ। ਪਰ ਕਿਸਾਨ ਇੱਧਰ ਲਈ ਗੱਲ ਟੱਪ ਗਿਆ, ਉਹ ਇੱਥੋਂ ਟੱਪ ਕੇ ਦਿੱਲੀ ਵੀ ਚਲਾ ਗਿਆ, ਉਹਨੇ ਕ੍ਰਾਈਮ ਕੀ ਕਰਤਾ, ਮੈਨੂੰ ਤੁਸੀਂ ਇਹ ਦੱਸੋ ਜੀ। ਉਹਦੇ ਪਿੱਛੇ ਕ੍ਰਾਈਮ ਕੀ ਹੈ? ਕ੍ਰਾਈਮ ਨੂੰ ਅੰਜਾਮ ਦੇਣ ਨਾਲ ਕ੍ਰਾਈਮ ਬਣਦਾ ਹੈ। ਕਿਸੇ ਰਸਤੇ ਜਾਣਾ ਤਾਂ ਉਹਦਾ ਫੰਡਾਮੈਂਟਲ ਰਾਈਟ ਹੈ, ਇਹਨਾਂ ਸੂਬਿਆਂ ਦੇ ਵਿੱਚ ਜਾਣਾ। ਉਹ ਤਾਂ ਤੁਸੀਂ ਇਹ ਕਹਿ ਦਿੰਦੇ ਹੋ ਵੀ ਸਾਰੇ ਦੇਸ਼ ਚ ਇੱਕੋ ਜਿਹਾ ਕਾਨੂੰਨ ਹੈ, ਕੋਈ ਕਿਸੇ ਨੂੰ ਚੱਲਣ ਤੋਂ ਨਹੀਂ ਰੋਕ ਸਕਦਾ, ਕਿਸੇ ਨੂੰ ਪਹਿਨਣ ਤੋਂ ਨਹੀਂ ਰੋਕ ਸਕਦਾ, ਕਿਸੇ ਨੂੰ ਬੋਲਣ ਤੋਂ ਨਹੀਂ ਰੋਕ ਸਕਦਾ। ਇਹਨਾਂ ਗੱਲਾਂ ਚ ਆ ਕੇ ਤੁਸੀਂ ਇੰਨਾ ਵੰਡ ਦਿੰਦੇ ਹੋ ਇਹਨੂੰ ਸਾਰੇ ਨੂੰ, ਉਹ ਹਰਿਆਣਾ ਹੋ ਗਿਆ ਪਾਕਿਸਤਾਨ, ਇਹ ਹੋ ਗਿਆ ਹਿੰਦੁਸਤਾਨ, ਤੇ ਉਹ ਪਤਾ ਨੀ ਕੀ ਕਰ ਦੂ, ਸਾਡੇ ਬੰਦੇ ਚੱਕ ਕੇ ਲੈ ਜੂ। ਸਾਡੀਆਂ ਸਰਕਾਰਾਂ ਲੜਦੀਆਂ ਨੇ ਨਾ, ਜਦੋਂ ਸਾਡਾ ਕਮਾਂਡੋ ਵੀ, ਸਾਡਾ ਫੌਜੀ ਵੀ ਦੋ ਉਧਰ ਪਾਕਿਸਤਾਨ ਵੱਲ ਗਏ ਸੀ, ਤਾਂ ਗਵਰਨਮੈਂਟਾਂ ਨੇ ਨੈਗੋਸ਼ੀਏਸ਼ਨ ਰਾਹੀਂ ਮੰਗਵਾਇਆ, ਵਾਪਸ ਆਇਆ ਨਾ ਕਿ ਤੁਸੀਂ ਲੈ ਗਏ ਕਿਵੇਂ ਲੈ ਗਏ, ਤੇ ਇਹਨੂੰ ਤਾਂ ਵਾਪਸ ਭੇਜਣਾ ਚਾਹੀਦਾ ਇਸ ਮਾਮਲੇ ਦੇ ਵਿੱਚ। ਔਰ ਉਹ ਗਵਰਨਮੈਂਟਾਂ ਹੁਣ ਉੱਥੇ ਕੇਸ ਹੀ ਚਲਾਈ ਜਾਂਦੀਆਂ ਨੇ ਕਿਤੇ, ਅਸੀਂ ਇੱਕ ਦੂਜੇ ਨੂੰ ਭੇਜਦੇ। ਇਹ ਤਾਂ ਦੋ ਦੇਸ਼ਾਂ ਤੋਂ ਵੀ ਜ਼ਿਆਦਾ ਸਖਤ ਗੱਲ ਬਣਾ ਲਈ ਅਸੀਂ, ਮੈਨੂੰ ਸਮਝ ਨਹੀਂ ਆ ਰਹੀ ਅਸੀਂ ਕੀ ਕਰ ਰਹੇ ਹਾਂ ਇੱਕੋ ਦੇਸ਼ ਦੇ ਵਿੱਚ ਇਹ ਕਹਿ ਕੇ, ਜਾਂ ਯੂਨੀਅਨ ਹੋਮ ਮਿਨਿਸਟਰੀ ਇਹੋ ਜਿਹਾ ਕੋਈ ਆਰਡਰ ਕਰੇ ਆਪਣੇ ਲੈਵਲ ਦੇ ਉੱਤੇ ਵੀ ਤੁਸੀਂ ਇਹ ਕੀ ਕਰ ਰਹੇ ਹੋ। ਜਿਹੜੇ ਇਹ ਕਹਿ ਰਹੇ ਨੇ ਕਿ ਵੱਖ ਵੱਖ ਰਾਜਾਂ ਨੂੰ 370 ਤੋੜਾਂਗੇ ਕਿਉਂਕਿ ਇੱਕ ਕਾਨੂੰਨ ਲਾਗੂ ਨਹੀਂ ਹੈ, ਉੱਥੇ ਦੇ ਸੂਬੇ ਨੂੰ ਜ਼ਿਆਦਾ ਅਧਿਕਾਰ ਨੇ, ਤਾਂ ਫਿਰ ਇਹ ਜ਼ਿਆਦਾ ਅਧਿਕਾਰ ਵਾਲਾ ਸੂਬਾ ਹਰਿਆਣਾ ਬਣਾਇਆ ਜਾ ਰਿਹਾ ਹੁਣ। ਸਾਹਿਬੀਰ ਸਿੰਘ ਜੀ ਤੁਸੀਂ ਗੱਲ ਕੀਤੀ ਹੈ ਕਿ ਸਿਆਸੀ ਤੌਰ ਤੇ ਵੀ ਜੇ ਨਜਿੱਠਣਾ ਹੋਵੇ ਤਾਂ ਮੋਹਰੇ ਇਲੈਕਸ਼ਨ ਸੀਗੀ, ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਸਰਕਾਰ ਹੈ, ਦਿੱਲੀ ਦੇ ਵਿੱਚ ਤਾਂ ਐਵੇਂ ਕਿਵੇਂ ਦੀ ਸਰਕਾਰ ਹੈ, ਇੱਥੇ ਪੂਰੀਆਂ ਤਾਕਤਾਂ ਵਾਲੀ ਸਰਕਾਰ ਹੈ, ਤਾਂ ਜੇਕਰ ਬੀਜੇਪੀ ਨਾਲ ਸਿੱਧੀ ਲੜਾਈ ਹੋ ਹੀ ਗਈ ਆ, ਹੁਣ ਸਮਝੌਤੇ ਵੀ ਸਹੀ ਬੰਦ ਹੋ ਗਏ ਨੇ, ਤਾਂ ਫਿਰ ਤਾਂ ਇਹ ਲੜਾਈ ਸਿਆਸੀ ਤੌਰ ਤੇ ਹੋਰ ਵਧੀਆ ਤਰੀਕੇ ਨਾਲ ਲੜੀ ਜਾਣੀ ਬਣਦੀ ਸੀ। ਜਦੀ ਅਣਹੋਂਦ ਦਿਸ ਰਹੀ ਆ, ਫਿਰ ਇਹਨੂੰ ਇਹ ਵੀ ਮੰਨਿਆ ਜਾ ਰਿਹਾ ਕਿ ਦਿੱਲੀ ਦੇ ਵਿੱਚ ਜਿਹੜੀ ਪਾਰਟੀ ਹਾਈਕਮਾਂਡ ਆ ਹੋਰ ਤਰ੍ਹਾਂ ਸੋਚਦੀ ਆ, ਤੇ ਪੰਜਾਬ ਦੇ ਮੁੱਖ ਮੰਤਰੀ ਜਾਂ ਇੱਥੋਂ ਦਾ ਤਾਣਾ ਬਾਣਾ ਕਿਸੇ ਹੋਰ ਤਰ੍ਹਾਂ ਤਾਂ ਨਹੀਂ ਸੋਚਣ ਲੱਗ ਗਿਆ, ਇੱਕ ਇਹ ਵੀ ਪਹਿਲੂ ਆ ਰਿਹਾ। ਦੂਜਾ ਵੀ ਪਹਿਲੂ ਆ ਰਿਹਾ ਕਿ ਜਦੋਂ ਤੁਸੀਂ ਪੋਲਿਟਿਕਸ ਦੇ ਵਿੱਚ ਜਾਂਦੇ ਹੋ ਤਾਂ ਜਿਹੜਾ ਖੱਟੜ ਸਰਕਾਰ ਨੇ ਯੂ ਟਰਨ ਲਿਆ NSA ਦੇ ਮਾਮਲੇ 'ਚ, ਕਿਉਂਕਿ ਇੱਕ ਪਹਿਲਾਂ ਪੱਤਰ ਬਾਹਰ ਆਇਆ, ਫਿਰ ਉਹਨੂੰ ਕੰਡੈਮ ਕੀਤਾ ਗਿਆ, ਕੋਈ ਨਹੀਂ ਲਾਈ ਜਾ ਰਹੀ ਕੋਈ ਐਸੀ NSA ਵਗੈਰਾ ਕੁਛ ਨਹੀਂ ਲਾਇਆ ਜਾ ਰਿਹਾ। ਇਹ ਮੰਨਿਆ ਜਾ ਰਿਹਾ ਕਿ ਜਿਹੜਾ ਪੇਂਡੂ ਧਰਾਤਲ ਆ ਹਰਿਆਣੇ ਦੇ ਵਿੱਚ ਉਹ ਕਾਫੀ ਅਹਿਮ ਆ, ਤੇ ਸਾਹਮਣੇ ਵੱਡੀ ਲੜਾਈ ਦੇ ਮੂਹਰੇ ਇਹ ਯੂ ਟਰਨ ਸਿਆਸੀ ਨਫਾ ਨੁਕਸਾਨ ਵੇਖ ਕੇ ਲਿਆ ਗਿਆ, ਇਹ ਵੀ ਚੀਜ਼ ਇੱਕ ਆ ਰਹੀ ਹੈ ਜੀ। ਹਾਂ ਬਿਲਕੁਲ, ਉਹ ਤਾਂ ਦਿਖਾਈ ਦੇ ਹੀ ਰਿਹਾ ਕਿ ਪੋਲੀਟੀਕਲ ਪ੍ਰੈਸ਼ਰ ਹੈ, ਨਹੀਂ ਤਾਂ NSA ਦਾ ਇੱਕ ਵਾਰ ਤੁਸੀਂ ਆਰਡਰ ਕਰਦੇ ਹੋ ਤੇ ਉਸ ਤੋਂ ਬਾਅਦ ਤੁਰੰਤ ਵਾਪਸ ਹੁੰਦਾ ਨੇੜੇ ਜਾ ਕੇ, ਸੌਖਾ ਕੰਮ ਤਾਂ ਹੈ ਨੀ, ਐਵੇਂ ਮਾਇੰਡ ਅਪਲਾਈ ਕੀਤੇ ਬਿਨਾਂ ਪਹਿਲਾਂ ਆਰਡਰ ਥੋੜੀ ਹੁੰਦਾ ਪਹਿਲਾਂ ਵਾਲਾ, ਤੇ ਫਿਰ ਦੂਜੇ ਵਾਲਾ ਇਹੋ ਜਾਂਦਾ ਵੀ ਜਲਦਬਾਜ਼ੀ ਹੋ ਗਈ ਬਿਨਾਂ ਮਤਲਬ। ਦੇਖੋ ਤੁਸੀਂ ਹਰਿਆਣੇ ਦੀ ਗੌਰਮੈਂਟ ਜਿਹੜੀ ਸੀ ਜਾਂ ਬੀਜੇਪੀ, ਪਿਛਲੀ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਵੀ ਮੁਸ਼ਕਲ ਨਾਲ ਨੇੜੇ ਲੱਗੀ ਉਹਦੀ ਜਿੱਤ, ਨਹੀਂ ਤਾਂ ਉਹ JJP ਜੇ ਉਹਦੇ ਨਾਲ ਸਮਝੌਤਾ ਨਾ ਕਰਦੀ ਜਾ ਕੇ ਤਾਂ ਉਹ ਨਹੀਂ ਸੀ ਪੂਰੀ ਤਰ੍ਹਾਂ ਬਿਨਾਂ, ਇਹਦਾ ਮਤਲਬ ਹਰਿਆਣੇ ਚ ਮਾਮਲਾ ਹੋਰ ਤਰ੍ਹਾਂ ਦਾ ਸੀਗਾ। ਔਰ ਕੁਝ ਹੋਰ ਵੀ ਰੀਜਨ ਰਹੇ ਜਿਹੜੇ ਲੋਕ ਐਨਾਲਿਸਿਸ ਕਰਦੇ ਸੀਗੇ ਕਿ ਕਾਂਗਰਸ ਲੈ ਗਈ ਸੀ ਸਮਝ ਲਓ, ਤੇ ਉਹਦੇ ਚ ਕਈ ਕਾਰਨ ਰਹੇ, ਉਹਦੀ ਆਪਦੀ ਪੁੱਟ ਵੀ ਰਹੀ, ਔਰ ਕਾਂਗਰਸ ਹਾਈਕਮਾਂਡ ਦਾ ਆਪਣਾ ਰੋਲ ਕਿ ਕਿਹੜੇ ਕਿਹੜੇ ਲੀਡਰ ਨੂੰ ਕਿਵੇਂ ਤਾਕਤ ਦੇਣੀ ਆ ਕਹਿੰਦੀ, ਇਹ ਗੱਲਾਂ ਵੀ ਹੁੰਦੀਆਂ ਨੇ ਉਹਦੇ ਚ ਰਹੀਆਂ ਨੇ। ਪਰ ਫਿਰ ਵੀ ਉਹ ਸਿੰਗਲ ਤੌਰ ਤੇ ਆਪਦੇ ਆਪ ਸਰਕਾਰ ਬਣਾਉਣ ਦੇ ਕਾਬਲ ਨਹੀਂ ਸੀ ਰਹੀ। ਇਹਦਾ ਮਤਲਬ ਜਿਹੜੀ ਪਹਿਲੀ ਸਟ੍ਰੈਟਜੀ ਬੀਜੇਪੀ ਨੇ ਬਣਾਈ ਸੀ ਕਿ ਨਾਨ ਜਾਟ ਕੰਬੀਨੇਸ਼ਨ ਇਕੱਠਾ ਕਰ ਲਓ ਤੇ ਇਹਦੇ ਨਾਲ ਆਪਣੀ ਸਰਕਾਰ ਬਣਦੀ ਜਾਊਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹ ਵੀ ਇੱਕ ਹੱਦ ਤੱਕ ਲੋਕ ਜਦੋਂ ਐਂਟੀ ਕੰਬੈਂਸੀ ਚ ਪੈਂਦੇ ਨੇ। ਤੇ ਦੂਜੀ ਗੱਲ, ਇੱਕ ਗੱਲ ਇਹ ਵੀ ਹੁੰਦੀ ਹੈ ਕਿ ਜਦੋਂ ਕਿਸੇ ਵੀ ਕਮਿਊਨਿਟੀ ਤੇ ਹੱਦ ਤੋਂ ਜ਼ਿਆਦਾ ਤੁਸੀਂ
ਮਤਲਬ ਜ਼ਿਆਦਾ ਤਸ਼ੱਦਦ ਜਾਂ ਅੱਤਿਆਚਾਰ ਕਰਨ ਵੱਲ ਜਾਂਦੇ ਹੋ, ਤਾਂ ਹਰ ਸੋਸਾਇਟੀ 'ਚ ਦੂਜੇ ਵਰਗਾਂ 'ਚ ਵੀ ਕਾਫੀ ਇੱਕ ਇੱਕ ਵਰਗ ਜਿਹੜਾ ਹੁੰਦਾ ਹੈ ਉਹ ਵੱਡੇ ਪੱਧਰ ਤੇ ਇਨਸਾਫ ਪਸੰਦ ਵੀ ਹੁੰਦਾ ਵੀ ਯਾਰ ਇਹ ਤਾਂ ਧੱਕਾ ਹੈ ਘੱਟੋ ਘੱਟ, ਬਾਕੀ ਜੋ ਮਰਜ਼ੀ ਹੈ ਇਦੂ ਜ਼ਿਆਦਾ ਤਾਂ ਨਹੀਂ ਹੋਣਾ ਚਾਹੀਦਾ। ਤੇ ਹਾਦਾਦਾਰਾਂ ਵਾਲੇ ਬਥੇਰੇ ਬੰਦੇ ਇਹੋ ਜਿਹੇ ਹੁੰਦੇ ਨੇ ਵਿੱਚ, ਇਹਦਾ ਮਤਲਬ ਇਹ ਹੈ ਕਿ ਉਹ ਵੋਟ ਜੇ ਇਹਨਾਂ ਨੂੰ ਲੱਗਦਾ ਹੋਰ ਕੱਟੀ ਗਈ ਥੋੜੀ ਜਿਹੀ, ਜਿਹੜੀ ਇਹੋ ਜਿਹੀ ਜੈਨੂਅਨ ਲੋਕਾਂ ਦਾ ਜਿਹੜਾ ਮਾਮਲਾ ਹੈ, ਤਾਂ ਫਿਰ ਆਉਣ ਵਾਲੀ ਪਾਰਲੀਮੈਂਟ 'ਚ ਵੀ ਨੁਕਸਾਨ ਹੋਏਗਾ ਤੇ ਵਿਧਾਨ ਸਭਾ 'ਚ ਤਾਂ ਹੋਣਾ ਹੀ ਹੋਣਾ ਹੈ ਉਹ ਵੀ, ਕਿਉਂਕਿ ਇਹਨਾਂ ਦਾ ਬਹੁਤਾ ਸਮਾਂ ਨਹੀਂ ਲੱਗਦਾ ਵਿਧਾਨ ਸਭਾ ਤੋਂ ਜਾਂ ਬਾਅਦ ਚੋਣ ਹੋਣ ਨੂੰ। ਇਸੇ ਕਰਕੇ ਉਹ ਇੱਕ ਪੋਲੀਟੀਕਲ ਪ੍ਰੈਸ਼ਰ ਦਿਖਾਈ ਦਿੰਦਾ ਹੈ ਜਿਹੜਾ ਸ਼ਾਇਦ ਵਿਡਰਾ ਕੀਤਾ, ਜਿਵੇਂ ਰੋਹਤਕ ਦੇ ਵਿੱਚ ਕਿਸਾਨ ਨਿਕਲਿਆ ਹੈ ਵਾਪਸ, ਮਤਲਬ ਸਾਹਮਣੇ ਤੁਹਾਡੇ ਸਾਹਮਣੇ ਨੇ, ਔਰ ਹੋਰ ਨਿਕਲਿਆ ਲਾਠੀ ਚਾਰਜ ਹੋਇਆ, ਪੁਲਿਸ ਨਾਲ ਕਲੈਸ਼ ਹੋਇਆ, ਫਿਰ ਐਸਕੇਐਮ ਨੇ ਜਿਹੜਾ ਸੱਦਾ ਦੇਤਾ ਨਾਲ ਦੀ ਨਾਲ, 18 ਜਥੇਬੰਦੀਆਂ ਐਸਕੇਐਮ ਨਾਲ ਨੇ ਹਰਿਆਣੇ ਦੀਆਂ, ਇਹਨਾਂ ਨੂੰ ਲੱਗਿਆ ਉਹ ਵੀ ਨਿਕਲਣਗੀਆਂ ਬਾਹਰ ਜਦੋਂ ਹੁਣ ਜਦੋਂ ਇਦੂ ਬਾਅਦ ਹੋਏਗਾ, ਤੇ ਜਦੋਂ ਉਹ ਸਾਰਾ ਇੱਕ ਹਰਿਆਣੇ ਦੇ ਵਿੱਚ ਹੋਰ ਗੱਲ ਹੈ, ਯੂਪੀ ਦੀ ਤਰ੍ਹਾਂ ਹੀ ਹਰਿਆਣੇ ਜਿਹੜਾ ਖੇਤੀ ਕਾਸਟ ਵਾਲਾ ਬੰਦਾ ਉਹ ਕੇਵਲ ਜਾਟ ਨਹੀਂ ਹੈ, ਅਦਰ ਕਾਸਟ ਵੀ ਨੇ ਕਾਫੀ ਉਹਦੇ 24 ਦੀ, ਉਹਦੇ ਜਿਵੇਂ ਕਮੋਰ ਨੇ ਜਾਂ ਵੱਖ ਵੱਖ ਟਾਈਪ ਦੇ ਹੋਰਾਂ ਕੋਲ ਵੀ ਲੈਂਡ ਹੈ ਜਿਹੜੇ ਉਹ ਖੇਤੀ ਕਰਦੇ ਨੇ, ਉਹਦੇ ਉਹਦੇ ਨਾਲ ਓਵਰਆਲ ਜਦੋਂ ਜੁੜ ਜਾਂਦੀ ਹੈ ਗੱਲ, ਕੱਲੀ ਇੱਕ ਕਾਸਟ ਜਾਟ ਦੇ ਖਿਲਾਫ਼ ਲਾਂਭਣ ਦੀ ਹੋਰ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ। ਇਹ ਜੇ ਕਿਸਾਨੀ ਜਦੋਂ ਮੂਵਮੈਂਟ ਕਿਸਾਨੀ ਦਾ ਰੂਪ ਲੈਂਦੀ ਹੈ ਜਾਟ ਦੀ ਬਜਾਏ, ਫਿਰ ਉਹ ਹੋਰ ਤਰ੍ਹਾਂ ਦਾ ਵਰਗ ਬਣ ਜਾਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹਨਾਂ ਨੂੰ ਨਾਰਮਲੀ ਪੋਲੀਟੀਸ਼ੀਅਨ ਆਮ ਬੰਦਿਆਂ ਨੂੰ ਸਿਆਣਾ ਤਾਂ ਹੁੰਦਾ ਹੀ ਹੈ, ਜੇ ਹੋਰ ਗੱਲਾਂ 'ਚ ਨਹੀਂ ਹੋਏਗਾ ਘੱਟੋ ਘੱਟ ਉਹਨੂੰ ਵੋਟ ਦਾ ਪਤਾ ਹੁੰਦਾ ਇੱਥੋਂ ਹਿਲਦੀ ਹੈ ਇੱਥੋਂ ਨਹੀਂ ਹਿਲਦੀ, ਤੇ ਇਹਦੇ ਆਧਾਰ ਤੇ ਹੀ ਉਹਨਾਂ ਨੇ ਫੈਸਲਾ ਪੋਲੀਟੀਕਲੀ ਇਹ ਕੀਤਾ ਔਰ ਕਰਨ ਲਈ ਮਜਬੂਰ ਹੋਏ ਨੇ ਕਹਿ ਸਕਦੇ। ਮੈਂ ਜਿਹੜਾ ਜਿਹੜਾ ਮੈਂ ਸਵਾਲ ਪੁੱਛ ਰਿਹਾ ਸੀ ਉਹਦਾ ਸੰਦਰਭ ਇਹਦੇ ਨਾਲ ਜੁੜਦਾ ਆਪਣੇ ਖਿੱਤੇ ਨਾਲ, ਵੀ ਜੇ ਉਹਨਾਂ ਦੀ ਸਿਆਸੀ ਸੂਝ ਮੰਗ ਕਰ ਰਹੀ ਸੀ ਵੀ ਇੰਜ ਨੇ ਇੰਜ ਕਰ ਕਰ ਲਿਆ, ਤੇ ਸਾਡੇ ਵਾਲਿਆਂ ਦੀ ਸੂਝ ਕਿੱਥੇ ਚਲੇਗੀ? ਮਤਲਬ ਜੇ ਸਾਡੇ ਮੁੱਖ ਮੰਤਰੀ ਦੀ ਉਸ ਸ਼ਾਮ ਦੀ, 2 ਦਿਨ ਪਹਿਲਾਂ ਦੀ ਸ਼ਾਮ ਦੀ, ਜੇ 3 ਦਿਨ ਪਹਿਲਾਂ ਦੀ ਰਾਤ ਨੂੰ ਜਿਹੜੀ ਉਹਨਾਂ ਨੇ ਆਣ ਕੇ ਕੈਮਰੇ ਤੇ ਆ ਕੇ ਗੱਲ ਕਹੀ ਸੀਗੀ ਕਿ 100 ਕੁਰਸੀਆਂ ਵਾਰੀਆਂ ਜਾ ਸਕਦੀਆਂ, 20 ਕੁਰਸੀਆਂ ਛੱਡ ਸਕਦਾ ਮੈਂ, ਔਰ ਦੂਜੀ ਗੱਲ ਉਹਨਾਂ ਨੇ ਕਿਹਾ ਵੀ ਸਖ਼ਤ ਤੋਂ ਸਖ਼ਤ ਸਜਾਵਾਂ ਦੇਵਾਂਗੇ, ਸਖ਼ਤ ਤੋਂ ਸਖ਼ਤ ਧਰਾਵਾਂ ਲਾਵਾਂਗੇ, ਉਹ ਸਾਰੀਆਂ ਗੱਲਾਂ। ਆਖਿਰ ਉਹਨਾਂ ਨੂੰ ਵੀ ਤਾਂ ਪੋਲੀਟੀਕਲੀ ਫਾਇਦੇ ਨੁਕਸਾਨ ਦਾ ਸੋਚਣਾ ਹੋਊਗਾ। ਤੁਹਾਨੂੰ ਲੱਗਦਾ ਕਿ ਉਹ ਜਿਸ ਦਿਸ਼ਾ 'ਚ ਜਾ ਰਹੇ ਆ ਇਹਨਾਂ ਨਾਲੋਂ ਤੇਜ਼ੀ ਨਾਲ ਸੋਚਣ ਵਾਲਿਆਂ ਦੇ ਵਿੱਚ ਹਰਿਆਣੇ ਦੇ ਅਸੀਂ ਉਹਨਾਂ ਲੋਕਾਂ ਨੂੰ ਸ਼ਾਮਿਲ ਕਰ ਰਹੀਏ ਜਿਹੜੇ ਵਿਲਨ ਦੇ ਰੂਪ ਵਿੱਚ ਸਾਹਮਣੇ ਖੜੇ ਸੀ, ਉਹਨਾਂ ਨੇ ਫਿਰ ਵੀ ਯੂ ਟਰਨ ਲਿਆ? ਸਾਡੇ ਵਾਲੇ ਅਜੇ ਵੀ ਇਸ ਪੱਖੋਂ ਕੋਰੇ ਨੇ ਜਾਂ ਕੋਈ ਇਸ ਤਰ੍ਹਾਂ ਦੀ ਮੁਸ਼ਕਲ ਹੈ, ਹਰਡਲ ਹੈ ਜਿਹੜੀ ਲੰਘੀ ਨਹੀਂ ਜਾ ਸਕਦੀ? ਇਹ ਸਵਾਲ ਹੈ। ਵੈਸੇ ਸਾਰੀਆਂ ਸਿਆਸੀ ਪਾਰਟੀਆਂ ਦਾ ਪੰਜਾਬ ਦੇ ਵਿੱਚ ਹਾਲ ਤਾਂ ਬਦਤਰ ਹੀ ਆ, ਕੋਈ ਲੜਨਾ ਹੀ ਨਹੀਂ ਚਾਹੁੰਦਾ, ਕੋਈ ਸਰਵ ਪਾਰਟੀ ਮੀਟਿੰਗ ਨਹੀਂ ਸੱਦ ਰਿਹਾ ਆਪਣੇ ਤੌਰ ਤੇ, ਕੋਈ ਕਿਸੇ ਜਗ੍ਹਾ ਦੇ ਉੱਤੇ ਇਕੱਠਾ ਇਕੱਠ ਨਹੀਂ ਕਰ ਰਿਹਾ ਕਿਸਾਨਾਂ ਦੇ, ਵੀ ਚਲੋ ਲਓ ਅਸੀਂ 20,000 ਬੰਦਾ ਇਕੱਠਾ ਕਰਕੇ ਦਿਖਾਤਾ ਵੀ ਸਾਡੀ ਪੂਰੀ ਹਮਦਰਦੀ ਆ, ਬਿਆਨੋ ਬਿਆਨੀ ਆ ਚੱਲੀ ਜਾਂਦਾ ਜੀ, ਕੀ ਕਹਿੰਦੇ? ਨਹੀਂ ਪਾਰਟੀਆਂ ਵੀ ਐਨਜੀਓ ਵਾਂਗ ਨੇ, ਹੁਣ ਨਾ ਉਹ ਪ੍ਰੈਸ ਬਿਆਨ ਦੇ ਦਿੰਦੀਆਂ ਨੇ, ਪ੍ਰੈਸ ਕਾਨਫਰੰਸ ਕਰ ਦਿੰਦੀਆਂ ਨੇ, ਜਾਂ ਕਿਸੇ ਨੂੰ ਵੱਧ ਤੋਂ ਵੱਧ ਮੈਮੋਰੈਂਡਮ, ਇਹਦੇ 'ਚ ਤਾਂ ਮੈਮੋਰੈਂਡਮ ਦੇਣ ਵੀ ਨਹੀਂ ਗਏ ਗਵਰਨਰ ਨੂੰ ਨਾ, ਬਾਕੀ ਛੱਡੋ ਗੱਲ ਆਹ ਸਾਰੇ ਮਾਮਲੇ 'ਚ ਤਾਂ 13 ਤੋਂ ਲੈ ਕੇ ਜਿਹੜੀਆਂ ਪਾਰਟੀਆਂ ਨੇ, ਇਸ ਕਰਕੇ ਹਾਂ ਉਹਨਾਂ ਨੇ ਆਪੋ ਆਪਣੇ ਪ੍ਰੋਗਰਾਮ ਕੈਂਸਲ ਕਰਤੇ ਜ਼ਰੂਰ, ਘਰ ਬਹਿ ਗਏ ਵੀ ਅਸੀਂ ਤੁਹਾਡੇ ਨਾਲ ਅੱਜ ਬੈਠੇ ਹੋਏ, ਲੜੋ ਤੁਸੀਂ, ਡਾਂਗਾ ਤੁਸੀਂ ਖਾਓ, ਅੱਥਰੂ ਗੈਸ ਤੁਸੀਂ, ਅਸੀਂ ਪਿੱਛੇ ਬੈਠੇ ਹੋਏ ਹਾਂ ਤੁਹਾਡੇ ਨਾਲ, ਕੋਈ ਗੱਲ ਨਹੀਂ, ਸਹਿਮਤੀ ਹੈ। ਐਵੇਂ ਸਹਿਮਤੀ ਨਹੀਂ ਚੱਲਦੀ ਹੁੰਦੀ ਜਦੋਂ ਸਿਰ ਪਾਟ ਰਹੇ ਹੋਣ, ਕਤਲ ਹੋ ਰਹੇ ਹੋਣ ਵੱਖ ਵੱਖ ਮਾਮਲਿਆਂ 'ਚ, ਤਾਂ ਐਕਟਿਵ ਰੋਲ ਪਾਰਟੀਆਂ ਨੂੰ ਨਿਭਾਉਣਾ ਪੈਂਦਾ। ਆਹ ਜਿਹੜਾ ਚੀਫ ਮਿਨਿਸਟਰ ਨੇ ਪਹਿਲੇ ਦਿਨ ਕਿਹਾ ਸੀ ਜੇ ਉਹ ਇਕੱਲਾ ਫੇਸ ਵੈਲਿਊ ਤੱਕ ਨਾ ਰਹਿੰਦਾ ਉਹਨੂੰ ਇਲਜ਼ਾਮ 'ਚ ਉਤਾਰ ਦਿੰਦੇ, FIR ਦਰਜ ਹੁੰਦੀ ਪਹਿਲੇ ਦਿਨ, ਬਾਕੀ ਦੀਆਂ ਚੀਜ਼ਾਂ ਨੇ ਤਾਂ ਇੱਕ ਬੜੀ ਸਹਿਮਤੀ ਲਈ ਜਾ ਸਕਦੀ ਸੀ, ਔਰ ਬੜਾ ਇੱਕ ਹਮਦਰਦੀ ਦਾ ਜਿਹੜਾ ਇੱਕ ਘੱਟੋ ਘੱਟ ਕਿਸਾਨੀ ਦੇ ਅੰਦਰੋਂ ਇੱਕ ਹਮਦਰਦੀ ਦੀ ਗੱਲ ਸੀ, ਔਰ ਉਹ ਹੋ ਸਕਦੀ ਸੀ ਇੱਕ ਹੱਦ ਤੱਕ, ਕਿਉਂਕਿ ਕਿਸਾਨੀ ਦੀ ਲੜਾਈ ਮੇਨ ਰੂਪ ਦੇ ਵਿੱਚ ਇਹ ਸਾਰੀ ਹੈ, ਚਾਹੇ ਉਹ ਐਸਕੇਐਮ ਕਰ ਰਿਹਾ, ਚਾਹੇ ਇਹ ਗਵਰਨਮੈਂਟ ਆਫ ਇੰਡੀਆ ਦੇ ਖਿਲਾਫ਼।
ਬੇਸਿਕ ਲੜਾਈ ਜਿਹੜੀ ਇਹ ਲੜਾਈ ਹੈ। ਹੁਣ ਇਹ ਲੜਾਈ ਚ ਤੁਸੀਂ ਆਪੀ ਵਿਚੋਲੇ ਬਣ ਕੇ ਆਪਦਾ ਨੁਕਸਾਨ ਪਤਾ ਕਰਾ ਲਓ ਵੀ ਵਿਚੋਲੇ ਬਣ ਕੇ ਜਾਂ ਤਾਂ ਦੂਰ ਰਹੋ ਜਾਂ ਫਿਰ ਉਹਨਾਂ ਦੇ ਨਾਲ ਖੜੇ ਹੋ ਤਾਂ ਖੜੇ ਦਿਖਾਈ ਦਿਓ, ਉਸ ਨੂੰ ਪੋਲੀਟੀਕਲੀ ਸੋਚੋ। ਔਰ ਜਾਂ ਮੈਨੂੰ ਲੱਗਦਾ ਕਿ ਪੋਲੀਟੀਕਲ ਮੈਚੋਰਿਟੀ ਦਾ ਕੁਐਸਚਨ ਨਹੀਂ ਹੈ, ਜਾਂ ਫਿਰ ਚੀਫ ਮਿਨਿਸਟਰ ਨੇ ਆਪਣੇ ਆਪ ਉਦੋਂ ਜਜ਼ਬਾਤ ਚ ਆ ਕੇ ਜਾਂ ਕਿਸੇ ਵੀ ਤਰੀਕੇ ਨਾਲ ਜਾਂ ਕੁਝ ਸੋਚ ਕੇ ਇਹ ਆਪਣਾ ਬਿਆਨ ਦੇਤਾ, ਫਟਾਫਟ ਲਾਈਵ ਹੋ ਗਏ। ਉਦੋਂ ਬਾਅਦ ਕੋਈ ਹੋਰ ਦਿੱਲੀ ਤੋਂ ਮੈਸੇਜ ਆ ਗਿਆ ਹੋਵੇ, ਆਲੇ ਦੁਆਲੇ ਆ ਗਿਆ ਹੋਵੇ ਅੱਗੇ ਨੀ ਵਧਣਾ, ਉਹ ਦਿੱਲੀ ਤੋਂ ਡਬਲ ਮੈਸੇਜ ਵੀ ਆ ਸਕਦਾ। ਇੱਥੇ ਤਾਂ ਉਹ ਹੋਮ ਮਿਨਿਸਟਰੀ ਵੀ ਹੋ ਸਕਦੀ ਹੈ, ਉਹ ਦਿੱਲੀ ਤੋਂ ਦੂਸਰੇ ਜਿਹੜੇ ਡਬਲ ਇੰਜਨ ਵਾਲੇ ਇੱਕ ਹੋਰ ਚੀਫ ਮਿਨਿਸਟਰ ਇਹਨਾਂ ਦੇ ਹੀ ਨੇ, ਉਹਨਾਂ ਚ ਵੀ ਹੋ ਸਕਦਾ ਵੀ ਆਪਾਂ ਇਦੋਂ ਅੱਗੇ ਨੀ ਵਧਣਾ, ਕੀ ਕਰਨਾ। ਉਹ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਦਾ ਹੈ ਜਾਂ ਦੂਜੇ ਪਾਸੇ ਦੀ ਹਾਈਕਮਾਂਡ ਦਾ, ਇਹ ਨੀ ਪਤਾ ਕਿਹਦਾ ਹੈ। ਜੇ ਫਿਰ ਉਹ ਗੱਲ ਅੱਗੇ ਨੀ ਵਧੀ, ਕਿਉਂਕਿ ਚੀਫ ਮਿਨਿਸਟਰ ਜਾਂ ਵੱਡੇ ਅਹੁਦਿਆਂ ਤੇ ਬੈਠੇ ਲੋਕਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਜੋ ਉਹ ਕਹਿ ਰਹੇ ਨੇ, ਕਿਉਂਕਿ ਇਹਨਾਂ ਕੋਲ ਇਨਫੋਰਮੇਸ਼ਨ ਹੁੰਦੀ ਹੈ। ਆਮ ਆਪਾਂ ਕਹੀਏ ਸਧਾਰਨ ਤੌਰ ਤੇ ਬਿਨਾਂ ਇਨਫੋਰਮੇਸ਼ਨ ਤੋਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ। ਇਹਨਾਂ ਕੋਲ ਸਰੋਤ ਨੇ ਉਸ ਪੱਧਰ ਦੇ, ਕੱਲੀ ਕੱਲੀ ਗੱਲ ਦੀ ਕੈਲਕੂਲੇਸ਼ਨ ਹੋ ਸਕਦੀ ਹੈ, ਉਹਦੇ ਫਾਇਦੇ ਨੁਕਸਾਨ ਸਭ ਕੁਝ ਹੁੰਦਾ ਹੈ। ਔਰ ਪੁਲਿਸ ਦੀ ਵੀ ਰਾਏ ਲਈ ਉਹ ਹੋਊਗੀ ਪਹਿਲਾਂ ਵੀ, ਡੀਜੀਪੀ ਦੀ ਐਵੇਂ ਥੋੜੀ ਹੋ ਜੂਗਾ, ਡੀਜੀਪੀ ਐਡਵਾਈਸ ਲਈ ਉਹ ਹੈ, ਹੋਮ ਸੈਕਟਰੀ ਦੀ ਰਾਏ, ਬਾਕੀ ਜਾਂ ਦੀ ਰਾਏ ਕਿ ਮੈਂ ਇਹ ਬੋਲ ਸਕਦਾ ਜਾਂ ਨਹੀਂ ਬੋਲ ਸਕਦਾ। ਚੀਫ ਮਿਨਿਸਟਰ ਆਪਣੇ ਆਪ ਤਾਂ ਨੀ ਆਇਆ, ਸੁਭਾਵਿਕ ਬੋਲ ਦੂਗਾ ਆ ਕੇ ਕਦੇ, ਕੋਈ ਰਾਏ ਹੋਈ ਹੋਣੀ ਹੋਣੀ ਹੈ। ਜੇ ਰਾਏ ਤੋਂ ਬਿਨਾਂ ਬੋਲਦੇ ਨੇ, ਨਹੀਂ ਲੈਂਦੇ, ਹੋ ਸਕਦਾ ਕਈ ਵਾਰ ਇਹ ਵੀ ਕਹਿੰਦੇ ਨੇ ਅਫਸਰ ਵੀ ਪੁੱਛਦਾ ਹੀ ਨੀ ਕੋਈ, ਤਾਂ ਫਿਰ ਇਹ ਬਿਲਕੁਲ ਇਮੈਚਿਓਰਿਟੀ ਹੈ ਪੋਲੀਟੀਕਲੀ, ਮਤਲਬ ਵੈਸੇ ਸਿਆਣਪਣੀ ਹੁੰਦੀ ਜੇ ਤੁਸੀਂ ਤੱਥਾਂ ਦੀ ਇਕੱਠੇ ਕਰਨ ਤੋਂ ਬਿਨਾਂ ਇਹ ਗੱਲ ਕਰ ਰਹੇ ਹੋ ਕਿਸੇ ਨਾ ਕਿਸੇ ਰੂਪ ਚ। ਹੁਣ ਇਹਦਾ ਜਵਾਬ ਚੀਫ ਮਿਨਿਸਟਰ ਨੂੰ ਪਤਾ, ਬਾਕੀ ਤਾਂ ਨੀ ਪਤਾ ਸਾਨੂੰ, ਅਸੀਂ ਤਾਂ ਇਹ ਅੰਦਾਜ਼ੇ ਲਾ ਸਕਦੇ ਹਾਂ ਵੀ ਕਿੱਥੋਂ ਕਿੱਥੋਂ ਕੀ ਕੀ ਹੋ ਸਕਦਾ। ਵੈਸੇ ਹਰੇਕ ਚੀਫ ਮਿਨਿਸਟਰ ਦੀ ਇੱਕ ਆਪਣੀ ਕੋਰ ਕਮੇਟੀ, ਇੱਕ ਕਿਚਨ ਕੈਬਨਿਟ, ਇੱਕ ਘੇਰਾ ਹੁੰਦਾ ਹੈ, ਲੇਕਿਨ ਜਦੋਂ ਤੁਸੀਂ ਸਭ ਤੋਂ ਸਿਖਰਲੀ ਕੁਰਸੀ ਤੇ ਚਲੇ ਜਾਂਦੇ ਹੋ, ਸਾਡੇ ਮੁੱਖ ਮੰਤਰੀ ਸਾਹਿਬ ਤਾਂ ਇੱਕ ਤੋਂ ਵੱਧ ਵਾਰੀ ਕਹਿ ਚੁੱਕੇ ਹੋ ਤੁਸੀਂ ਬਿਲਕੁਲ ਹੀ ਇਕੱਲੇ ਹੋ ਜਾਓ, ਲੇਕਿਨ ਉਸ ਇਕੱਲੇਪਣ ਦੇ ਵਿੱਚ ਵੀ ਤੁਹਾਡੇ ਕੋਲ ਸਾਲਾਂ ਦੇ ਤਜਰਬੇ ਵਾਲੇ ਉਹ ਮਸ਼ੀਨਰੀ ਪਈ ਹੁੰਦੀ ਹੈ ਜਿਹੜੀ ਤੁਹਾਡੇ ਲਈ ਹੁੰਦੀ ਹੈ, ਉਹ ਤੁਹਾਡੇ ਲਈ ਕੰਮ ਕਰ ਰਹੀ ਹੁੰਦੀ ਹੈ। ਸੋ ਕੀ ਉਹ ਉਹਨਾਂ ਕੋਲ ਕਿਚਨ ਕੈਬਨਿਟ ਵਰਗਾ ਕੋਈ ਹੈ ਸਿਸਟਮ ਕਿ ਨਹੀਂ, ਇਹ ਦੇਖਣ ਵਾਲੀ ਗੱਲ ਆ। ਵੈਸੇ ਜਦੋਂ ਤੁਸੀਂ ਸਿਆਸਤ ਦੀ ਗੱਲ ਕਰ ਰਹੇ ਹੋ ਕਿ ਭਗਵੰਤ ਮਾਨ ਸਾਹਿਬ ਨੇ ਜਮਾ ਘਟਾਓ ਕੀਤਾ ਹੋਊਗਾ, ਪਾਵਰ ਸੈਂਟਰਸ ਦੀ ਗੱਲ ਆ, ਤਾਂ ਮੈਂ ਉਸ ਤੋਂ ਪਹਿਲਾਂ ਕਿ ਪਾਵਰ ਸੈਂਟਰਸ ਤੇ ਆਵਾਂ, ਜਿਹੜੇ ਰਾਜਾ ਵੜਿੰਗ ਨੇ ਮੈਨੂੰ ਉਹ ਬੜੇ ਧਰਮਾਤਮਾ ਕਿਸਮ ਦੇ ਇਨਸਾਨ ਲੱਗੇ, ਹਾਲਾਂਕਿ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਹੈ ਇਹ ਬਿਆਨ ਇੰਜ ਲੱਗਦਾ ਜਿਵੇਂ ਉਹ ਸਾਰੇ ਦਾ ਸਾਰਾ ਫੋਕਸ ਕਰਨਾ ਚਾਹੁੰਦੇ ਆ ਬੀਜੇਪੀ ਤੇ, ਪਰ ਜਿਹੜਾ ਉਹਨਾਂ ਬਿਆਨ ਦਿੱਤਾ ਹੈ ਕਿ ਤੁਸੀਂ ਬੀਜੇਪੀ ਨੂੰ ਪੰਜਾਬੀ ਉਹ ਵੋਟ ਨਾ ਪਾਇਓ, ਹੋਰ ਜਿਹਨੂੰ ਮਰਜ਼ੀ ਪਾ ਦਿਓ, ਇੱਕ ਪਾਰਟੀ ਪ੍ਰਧਾਨ ਲਈ ਇਹ ਸਟੇਟਮੈਂਟ ਕੀ ਕਹਿੰਦੇ ਹੋ ਜੀ? ਨਹੀਂ ਵੈਸੇ ਤਾਂ ਕੋਈ ਗੱਲ ਇਹ ਵੀ ਸਮਝੇ ਤਾਂ ਮੋਟੀ ਅੰਡਰਸਟੈਂਡਿੰਗ ਹੈ ਪੰਜਾਬ ਦੇ ਹਰ ਵੋਟਰ ਦੀ ਵੀ ਹੈ ਕਿ ਬੀਜੇਪੀ ਮੇਜਰ ਪਾਰਟੀ ਨਹੀਂ ਹੈ ਪੰਜਾਬ ਦੀ ਜਿਹੜੀ ਸਰਕਾਰ ਬਣਾਉਣ ਜਾ ਰਹੀ ਹੋਵੇ, ਮਤਲਬ ਜਾਂ ਪੰਜਾਬ ਚੋਂ ਲੋਕ ਸਭਾ ਇੰਨੀ ਜਿੱਤਣ ਜਾ ਰਹੀ ਹੋਵੇ ਜਾਂ ਨਹੀਂ। ਉਹ ਤਾਂ ਐਡਜਸਟਮੈਂਟ ਕਰਕੇ ਜਾਂ 13 ਬੰਦੇ ਖੜੇ ਕਰਕੇ 13 ਜਿਤਾਉਣ ਬੀਜੇਪੀ ਜਾ ਰਹੀ ਹੋਵੇ, ਇਹ ਤਾਂ ਨਹੀਂ ਹੋ ਸਕਦਾ। 13-13 ਬੰਦੇ ਤਾਂ ਜਾਂ ਈਵਨ ਅਕਾਲੀ ਵੀ ਬੀਜੇਪੀ ਨਾਲ ਅਲਾਇੰਸ ਕਰਕੇ ਇਕੱਠੇ ਹੋ ਕੇ ਜਾਣ ਨੂੰ ਫਿਰਦੇ ਨੇ 13, ਤੇ ਤੁਸੀਂ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ 13-13 ਖੜੇ ਕਰਨ ਦੀ ਗੱਲ ਕਰ ਰਹੀ ਹੈ ਜਾਂ ਇਹਨਾਂ ਦਾ ਵੀ ਅਲਾਇੰਸ ਉਸ ਲੈਵਲ ਤੇ, ਜਿਹੜੀ ਉੱਥੇ ਮੇਜਰ ਪਾਰਟੀ ਨਹੀਂ ਆ, ਨੈਸ਼ਨਲ ਲੈਵਲ ਤੇ ਮੇਜਰ ਪਾਰਟੀ ਹੈ। ਇਹ ਵੀ ਇੱਕ ਭੁਲੇਖਾ ਤਾਂ ਨੀ ਸਾਨੂੰ ਕਿਤੇ ਪੈਂਦਾ ਕਿ ਰਾਜਾ ਵੜਿੰਗ ਨੇ ਕਿਤੇ ਨੈਸ਼ਨਲ ਲੀਡਰ ਦਾ ਰੋਲ ਪਲੇ ਕੀਤਾ ਹੋਵੇ, ਇਕੱਲਾ ਪੰਜਾਬ ਦੀ ਗੱਲ ਨੀ ਕੀਤੀ ਤੇ ਓਵਰਆਲ ਭਾਈ ਭਾਰਤੀਆਂ ਨੂੰ ਸੱਦਾ ਦਿੱਤਾ ਹੋਵੇ, ਕਿਉਂਕਿ ਉਹ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ, ਕਦੇ ਕਦੇ ਉਹ ਰੂਹ ਵੀ ਆ ਜਾਂਦੀ ਹੈ ਵੀ ਮੇਰਾ ਪੈਨ ਇੰਡੀਆ ਅਸਰ ਹੈ ਤੇ ਆਪਾਂ ਇੰਡੀਅਨ ਬਾਕੀ ਲੋਕਾਂ ਨੂੰ ਕਹਿ ਰਿਹਾ ਕਿ ਤੁਸੀਂ ਬੀਜੇਪੀ ਨੂੰ ਨਾ ਪਾਇਓ ਵੋਟ। ਇੱਕ ਤਾਂ ਉਹ ਐਂਗਲ ਦਿਮਾਗ ਚ ਹੋਵੇ, ਪੰਜਾਬ ਉੱਥੇ ਜੁੜ ਗਿਆ ਹੋਵੇ, ਪੰਜਾਬ ਦਾ ਸ਼ਬਦ ਜੁੜ ਗਿਆ ਹੋਵੇ।
ਪੰਜਾਬ ਦਾ ਸ਼ਬਦ ਗਲਤੀ ਨਾਲ ਜੁੜ ਗਿਆ ਹੋਵੇ, ਠੀਕ ਹੈ ਹਾਂ ਤੁਹਾਡੀ ਗੱਲ। ਮਤਲਬ ਪੰਜਾਬ ਦਾ ਸ਼ਬਦ ਜੁੜ ਗਿਆ ਹੋਵੇ, ਕਈ ਵਾਰ ਪ੍ਰੋਸੈਸ ਦਿਮਾਗ ਦੇ ਵਿੱਚ ਕੋਈ ਹੋਰ ਚੱਲਦਾ ਹੋਵੇ, ਇਹ ਵੀ ਹੋ ਸਕਦਾ। ਮਤਲਬ ਇਹ ਫਿਰ ਬੈਨੀਫਿਟ ਆਫ ਡਾਊਟ ਦਿੱਤਾ ਜਾ ਸਕਦਾ ਜੇਕਰ ਇਹ ਮਾਨਸਿਕਤਾ ਹੈ ਕਿ ਰਾਹੁਲ ਗਾਂਧੀ ਦੇ ਪੈਰ ਰਾਹੁਲ ਗਾਂਧੀ ਨੂੰ ਦਿਖਾਉਣਾ ਹੈ ਮੈਂ ਉੱਪਰ, ਕਿਉਂਕਿ ਰਾਹੁਲ ਗਾਂਧੀ ਬੀਜੇਪੀ ਦੇ ਖਿਲਾਫ ਜਦੋਂ ਜਦ ਲੜ ਰਿਹਾ ਹੈ ਮੈਂ ਰਾਹੁਲ ਗਾਂਧੀ ਦੇ ਨੇੜੇ ਲੱਗਣਾ ਉਸ ਲੈਵਲ ਦੇ ਉੱਤੇ। ਪਰ ਪੰਜਾਬ ਨਾਲ ਦੀ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰੈਜੀਡੈਂਟ, ਪ੍ਰੈਜੀਡੈਂਟ ਬਹੁਤ ਕੈਲਕੂਲੇਟਿਵ ਹੋਣਾ ਚਾਹੀਦੇ ਨੇ। ਉਹਨੇ ਆਹ ਇਹਦੇ ਚ ਰੋਲ ਕੀ ਪਲੇ ਕੀਤਾ, ਕਿਸਾਨ ਮੂਵਮੈਂਟ ਵੀ ਚੱਲ ਰਹੀ ਹੈ, ਬਾਕੀ ਚੀਜ਼ਾਂ ਨੇ, ਮੈਨੂੰ ਨੀ ਲੱਗਿਆ ਕਿ ਕਿਤੇ ਕੋਈ ਗੱਲ ਹੋ ਰਹੀ ਹੈ ਕਦੇ ਵੀ ਉਸ ਮਾਮਲੇ ਦੇ ਵਿੱਚ। ਔਰ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਿ ਸਗੋਂ ਆਹ ਚੀਜ਼ਾਂ ਤੋਂ ਵੀ ਉਹਨਾਂ ਨੂੰ ਕੋਈ ਬਾਹਲਾ ਹੈ, ਐ ਨੀ ਲੱਗਦਾ ਜਿਵੇਂ ਇੱਕ ਦਿਨ ਪ੍ਰਗਟ ਸਿੰਘ ਹੋਣੀ ਕਾਫੀ ਬੰਦੇ ਲੈ ਕੇ ਖੱਟਰ ਦਾ ਘਰ ਘੇਰਨ ਚਲੇ ਗਏ ਸੀ ਨਾ। ਔਰ ਜਿੰਨੀ ਕੁ ਮੇਰੀ ਇਨਫੋਰਮੇਸ਼ਨ ਹੈ ਮੈਨੂੰ ਲੱਗਦਾ ਉਹਨਾਂ ਨੇ ਬੁਰਾ ਜਿਹਾ ਹੀ ਬਣਾਇਆ ਹੈ ਪ੍ਰਧਾਨ ਜੀ ਨੇ, ਕੋਈ ਬਹੁਤ ਜ਼ਿਆਦਾ ਚੰਗਾ ਨਹੀਂ ਕਿਹਾ ਵੀ ਚੱਲ ਤੁਸੀਂ ਉਹ ਕਰਤਾ ਤਾਂ ਵੀ ਠੀਕ ਹੈ, ਆਪਣੇ ਹੀ ਬੰਦੇ ਹੋ ਫਿਰ ਕੀ ਫਰਕ ਪੈਂਦਾ ਨਾ, ਕਈ ਵਾਰ ਸਾਬਾਸ ਦਿੰਦਾ ਬੰਦਾ ਵੀ ਸਾਬਾਸ ਤੁਸੀਂ ਤਾਂ ਕਰਤਾ। ਹਾਲਾਂਕਿ ਇਹ ਰੋਲ ਬਣਦਾ ਸੀ ਜਦੋਂ ਪੰਜਾਬ ਦੇ ਕਿਸਾਨ ਉੱਥੇ ਬੈਠੇ ਨੇ, ਤੁਸੀਂ ਮਗਰ ਮਸ ਦੇ ਹੰਝੂ ਵਹਾਉਣ ਦੀ ਬਜਾਏ ਚੀਫ ਮਿਨਿਸਟਰ ਹਰਿਆਣਾ ਚੰਡੀਗੜ੍ਹ 'ਚ ਹੈ ਤੇ ਗਵਰਨਰ ਪੰਜਾਬ ਤੇ ਗਵਰਨਰ ਹਰਿਆਣਾ ਚੰਡੀਗੜ੍ਹ 'ਚ ਨੇ, ਉੱਥੇ ਤਾਂ ਜਾ ਹੀ ਸਕਦੇ ਹੋ ਤੁਸੀਂ ਜੇ ਇੱਧਰ ਡਰ ਲੱਗਦਾ ਬਾਰਡਰ ਤੇ ਜਾਂਦੇ, ਬਾਰਡਰ ਤੇ ਤਾਂ ਚਲੋ ਨਾ ਖਾਓ ਤੁਸੀਂ ਅਥਰੂ ਗੈਸ ਦੇ ਗੋਲੇ ਤੁਹਾਡੇ ਨਾ ਪੈਣ, ਇੱਧਰ ਨਾਲ ਰੋਤਾ ਨਿਭਾਇਆ ਜਾ ਸਕਦਾ ਸੀ। ਔਰ ਇਹਦੇ ਤੋਂ ਇਲਾਵਾ ਇੱਕ ਇਹ ਵੀ ਹੈ ਕਿ ਕੋਈ ਅੰਡਰਹੈਂਡ ਇਹੋ ਜਿਹਾ ਤਾਂ ਨਹੀਂ ਐਗਰੀਮੈਂਟ, ਚਾਹੇ ਤੇਰਾ ਤੇਰਾ ਲੜਦੀਆਂ ਨੇ ਵੀ ਭਾਈ ਬਿਆਨ ਨਾ ਹੁਣ ਆਪਾਂ ਆਮ ਆਦਮੀ ਪਾਰਟੀ ਦੇ ਖਿਲਾਫ਼ ਨਹੀਂ ਦੇਣਾ, ਔਰ ਆਮ ਆਦਮੀ ਪਾਰਟੀ ਨੂੰ ਕਿਹਾ ਹੋ ਜਾਵੇ ਆਪਾਂ ਇਹਦੇ ਨਹੀਂ ਦੇਣਾ, ਆਪਾਂ ਕੱਲਾ ਬੀਜੇਪੀ ਨੂੰ ਹੀ ਦੇਖਣਾ ਉਸ ਪੱਧਰ ਦੇ ਉੱਤੇ। ਇਹ ਵੀ ਕਿਤੇ ਮਾਨਸਿਕਤਾ ਤਾਂ ਨਹੀਂ ਬਣ ਜੂ ਆਉਣ ਵਾਲੇ ਦਿਨਾਂ 'ਚ, ਕਿਤੇ ਸਾਰਾ ਹੀ ਇਹਨਾਂ ਦਾ ਭੱਟਾ ਗੁਰ ਹੋ ਜਾਏ ਵੀ ਇਹ ਤਾਂ ਮਿਲ ਕੇ ਖੇਡ ਰਹੇ ਨੇ, ਇਹਨਾਂ ਦਾ ਕੋਈ ਲਾਗਾ ਦੇਗਾ ਹੀ ਨਹੀਂ ਹੈ, ਇਦੋਂ ਹੋਰ ਹੀ ਦੇਖ ਲਓ ਕੋਈ। ਪਰ ਹੋਰ ਕਿਹਨੂੰ ਦੇਖਣਗੇ, ਅਕਾਲੀ ਦਲ ਵੀ ਆਈ ਬੈਠਾ ਹੋਇਆ ਹੈ ਜੇ ਬਾਅਦ 'ਚ, ਉਹ ਅਕਾਲੀ ਦਲ ਤੇ ਬੀਜੇਪੀ ਤੋਂ ਉਲਟ ਕਰ ਰਿਹਾ, ਤੁਸੀਂ ਦੇਖੋ ਅਕਾਲੀ ਦਲ ਤੇ ਬੀਜੇਪੀ ਸਾਰੇ ਅੰਦੋਲਨ ਦਾ ਜਿਹੜਾ ਸੂਤਰਧਾਰ ਹੈ ਤੇ ਇਹਦਾ ਜਿਹੜਾ ਵਿਲੇਨ ਹੈ ਉਹ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਚੀਫ ਮਿਨਿਸਟਰ ਨੂੰ ਬਣਾ ਰਿਹਾ, ਉਹ ਦਿੱਲੀ ਰਹਿਣ ਲਈ ਲੜਨਾ ਚਾਹੁੰਦਾ ਕਿਸੇ ਵੀ ਰੂਪ 'ਚ। ਚਲੋ ਬੀਜੇਪੀ ਦੀ ਲੋਕਲ ਪਾਰਟੀ ਤਾਂ ਨਹੀਂ ਉਹ ਲੜਨਾ ਚਾਹੂਗੀ ਕਦੇ ਵੀ ਤੁਸੀਂ ਕਰਾਇਆ ਖੱਟਰ ਦੀ ਕੀ ਮਜਾਨ ਹੈ, ਜੇ ਗਵਰਨਮੈਂਟ ਆਫ ਇੰਡੀਆ ਉਸ ਪੱਧਰ ਦੇ ਉੱਤੇ ਨਾ ਉਹਦੇ ਉਹਦੀ ਸਪੋਰਟ ਜਾਂ ਉਹਦੇ ਕਹੇ ਤੋਂ ਬਿਨਾਂ ਜਾਂ ਉਹਦੇ ਆਰਡਰ ਤੋਂ ਬਿਨਾਂ ਇਸ ਤਰੀਕੇ ਨਾਲ ਕੀਤਾ ਜਾਏ, ਤੇ ਉਦੋਂ ਬਾਅਦ ਅਕਾਲੀਆਂ ਨੂੰ ਵੀ ਅਜੇ ਵੀ ਤਾਂ ਮਤਲਬ ਮਾੜੀ ਮੋਟੀ ਗੁੰਜਾਇਸ਼ ਉਹ ਝਾਕ ਹੈਗੀ ਹੈ ਵੀ ਉਹਦੇ ਨਾਲ ਉਰਲੀ ਨਾ ਵਿਗੜ ਜੇ ਉੱਪਰ ਜਾ ਕੇ। ਤਾਂ ਇਹੋ ਜਿਹੀ ਜਿਹੜੀ ਸਿਆਸਤ ਹੋਏਗੀ ਜਿਹੜੀ ਤੱਥਾਂ ਤੋਂ ਦਲੀਲ ਤੋਂ ਇਨਸਾਫ਼ ਪਸੰਦੀ ਤੋਂ ਦੂਰ ਹੋਏਗੀ ਤਾਂ ਲੋਕ ਭਰੋਸਾ ਕਿਵੇਂ ਕਰਨ। ਇਸੇ ਲਈ ਬੇਭਰੋਸਗੀ ਦੇ ਸੰਕਟ ਨਾਲ ਪਾਰਟੀਆਂ ਸਾਡੀਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੋ ਚਾਰ ਹੋ ਰਹੀਆਂ ਨੇ ਔਰ ਉਹਨਾਂ ਨੂੰ ਲੱਗ ਰਿਹਾ ਚਾਹੁੰਦੀਆਂ ਉਹ ਲੋਕਾਂ ਦਾ ਭਰੋਸਾ ਜਿੱਤਣਾ ਨੇ, ਪਰ ਗੱਲਾਂ ਵਾਰ ਵਾਰ ਬੇਭਰੋਸਗੀ ਦੀਆਂ ਕਰ ਰਹੀਆਂ। ਹਾਂ, ਜਦੋਂ ਗੱਲ ਕੋਈ ਕਰ ਰਹੇ ਹੁੰਦੇ ਆ ਤੇ ਉਹ ਇਹ ਸਮਝ ਤੋਂ ਸ਼ਾਇਦ ਕੋਰੇ ਹੁੰਦੇ ਨੇ ਕਿ ਪੰਜਾਬ ਦੇ ਲੋਕ ਹੁਣ ਇੰਨੀ ਪੋਲਿਟਿਕਸ ਇੱਥੇ ਹੁੰਦੀ, ਵੈਸੇ ਤਾਂ ਹਰ ਖਿੱਤੇ 'ਚ ਹੀ ਹੁੰਦੀ ਹੈ ਪਰ ਇੱਥੇ ਇੰਨੀ ਕੰਪਲੈਕਸ ਕਿਸਮ ਦੀ ਪੋਲਿਟਿਕਸ ਕਿਸਾਨੀ ਅੰਦੋਲਨ ਤੋਂ ਬਾਅਦ ਸ਼ੁਰੂ ਹੋ ਗਈ, ਲੋਕ ਸਮਝਣ ਲੱਗ ਗਿਆ ਕਿ ਬੰਦਾ ਬੋਲਦਾ ਕਿੱਥੋਂ ਆ, ਇਹਦਾ ਨਿਸ਼ਾਨਾ ਕੀ ਹੈ, ਇਹ ਚਾਹੁੰਦਾ ਕੀ ਹੈ। ਸੋ ਮੈਨੂੰ ਲੱਗਦਾ ਅਕਾਲੀ ਦਲ ਨੇ ਇੱਥੇ ਫਿਰ ਥੋੜਾ ਜਿਹਾ ਇੱਕ ਟਪਲਾ ਖਾਧਾ ਹੈ ਕਿ ਲੜਾਈ ਨੂੰ ਉਹ ਜਿਸ ਤਰੀਕੇ ਨਾਲ ਦਿਖਾ ਰਹੇ ਨੇ, ਲੜਾਈ ਦਰਅਸਲ ਉਂਝ ਦੀ ਹੈ ਨਹੀਂ। ਅਸੀਂ ਰਾਜਾ ਪੜੈਂਗ ਦਾ ਜਦੋਂ ਜ਼ਿਕਰ ਕਰ ਰਹੇ ਸੀਗੇ, ਉਹਨਾਂ ਤੁਸੀਂ ਪ੍ਰਗਟ ਸਿੰਘ ਦੀ ਗੱਲ ਕੀਤੀ ਹੈ ਕਿ ਪ੍ਰਗਟ ਸਿੰਘ ਵਾਲੀ ਗੱਲ ਨੂੰ ਵੀ ਸ਼ਾਇਦ ਚੰਗਾ ਨਹੀਂ ਮਨਾਇਆ ਗਿਆ। ਮੇਰੇ ਕੋਲ ਇਸ ਤਰ੍ਹਾਂ ਦੀਆਂ ਸੂਚਨਾਵਾਂ ਨੇ ਕਿ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ, ਉਹ ਵੀ ਰਾਜਾ ਪੜੈਂਗ ਦੀ ਵਰਕਿੰਗ ਕਾਰਜਸ਼ੈਲੀ ਤੋਂ ਨਿਰਾਸ਼ ਨੇ। ਔਰ ਅੰਮ੍ਰਿਤਸਰ ਦੇ ਵਿੱਚ ਕੁਝ ਲੀਡਰ, ਇਲੈਕਸ਼ਨਾਂ ਲੜਨ ਵਾਲੇ ਵੀ ਰਾਦਰ, ਉਹ ਵੀ ਮਤਲਬ ਤੁਸੀਂ ਆਪਣੀ ਪਾਰਟੀ ਦੇ ਵਿੱਚ ਸਮਾਨਾਂਤਰ ਧੜੇ ਪੈਦਾ ਕਰਨੇ ਹੋ ਜਾਂ ਧੜਿਆਂ ਨੂੰ ਤਗੜੇ ਕਰਨਾ ਹੈ ਜਾਂ ਕਿਹੜੇ ਬੰਦੇ ਨੂੰ ਸਪੋਰਟ ਕਰਨਾ ਹੈ, ਇਹ ਚੀਜ਼ਾਂ ਵੀ ਰਾਜਾ ਪੜੈਂਗ ਦੇ ਹਿੱਸੇ 'ਚ ਪੈ ਰਹੀਆਂ ਨੇ। ਇਸ ਵੇਲੇ
ਜੇ ਦਰਜਨ ਦੇ ਕਰੀਬ ਵੱਡੇ ਆਗੂ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਗੱਲਬਾਤ ਦੇ ਵਿੱਚ ਕਹਿੰਦੇ ਆ ਕਿ ਵੜਿੰਗ ਸਾਹਿਬ ਨੇ ਕੋਈ ਬਹੁਤਾ ਬਿਹਤਰ ਕੀਤਾ ਨਹੀਂ। ਸੋ ਇਹ ਇਹ ਚੀਜ਼ ਜਦੋਂ ਪਾਰਟੀ ਦੇ ਅੰਦਰ ਚੱਲ ਰਹੀ ਹੁੰਦੀ ਹੈ, ਸਿੱਧੂ ਨਾਲ ਤਾਂ ਉਹਨਾਂ ਦਾ ਹੈ ਹੀ ਸੀਗਾ, ਲੇਕਿਨ ਹੁਣ ਬਾਕੀਆਂ ਦੇ ਨਾਲ ਇਹ ਉਹਨਾਂ ਨੂੰ ਕਿੱਥੇ ਤੱਕ ਲੈ ਕੇ ਜਾਊਗਾ, ਇਹ ਦੇਖਣ ਵਾਲੀ ਗੱਲ ਆ। ਮੈਂ ਇੱਕ ਲਾਸਟ ਗੱਲ ਇਸ ਪੋਲਿਟਿਕਸ ਵਿੱਚ ਕਰਨੀ, ਜਿਹੜੀ ਕੱਲ ਤਸਵੀਰ ਸੀਗੀ ਪ੍ਰੈਸ ਕਾਨਫਰੰਸ ਦੀ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਐਲਾਨਨਾਮੇ ਮੌਕੇ, ਉਹਦੇ ਵਿੱਚ ਰਾਘਵ ਚੱਡਾ ਨਹੀਂ ਸੀਗੇ। ਹੋ ਸਕਦਾ ਉਹ ਨਿੱਜੀ ਕਾਰਨਾਂ ਕਰਕੇ ਨਾ ਆਏ ਹੋਣ, ਹੋ ਸਕਦਾ ਉਹ ਵਿਦੇਸ਼ ਵਿੱਚ ਹੋਣ, ਹੋ ਸਕਦਾ ਵਾਲੇ ਕਈ ਸਵਾਲ ਤੁਸੀਂ ਇਕੱਠੇ ਕਰਕੇ ਉਹਨਾਂ ਨੂੰ ਪਾਸੇ ਰੱਖ ਲਈਏ। ਜਿਹੜੀਆਂ ਚੀਜ਼ਾਂ ਪੰਜਾਬ ਦੇ ਅਫਸਰਸ਼ਾਹੀ ਦੇ ਵਿੱਚ, ਪੰਜਾਬ ਦੇ ਸਿਆਸੀ ਹਲਕਿਆਂ ਦੇ ਵਿੱਚ ਇੱਕ ਕਾਨਾਫੂਸੀ ਦੇ ਰੂਪ ਚ ਅੱਗੇ ਵੱਧਦੀਆਂ ਰਹੀਆਂ ਕਿ ਹੁਣ ਰਾਘਵ ਚੱਡਾ ਪੰਜਾਬ ਦੇ ਵਿੱਚ ਕੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਤਗੜਾ ਪਾਵਰ ਸੈਂਟਰ ਨਹੀਂ ਰਹੇ, ਇਹਨੂੰ ਹੁਣ ਕਿਵੇਂ ਮੰਨਿਆ ਜਾਵੇ? ਕਿਉਂਕਿ ਇਹ ਅਹਿਮ ਮੌਕਾ ਸੀ ਔਰ ਉਸ ਪੈਨਲ ਦੇ ਲਗਭਗ ਚੀਫ ਸੀ ਜਿਹੜੇ ਗੱਲਬਾਤ ਚਲਾ ਰਹੇ ਸੀਗੇ, ਤਾਲਮੇਲ ਕਮੇਟੀ ਦੇ ਕਨਵੀਨਰ ਵਾਂਗ ਰਾਘਵ ਚੱਡਾ ਕੰਮ ਕਰ ਰਹੇ ਸੀ, ਤੇ ਅਨਾਊਂਸਮੈਂਟ ਮੌਕੇ ਉਹਨਾਂ ਦੀ ਗੈਰ ਹਾਜ਼ਰੀ ਨੂੰ ਕਿਵੇਂ ਲਈਏ? ਪੰਜਾਬ ਦੇ ਵਿੱਚ ਵੀ ਇਹਦੇ ਪ੍ਰਭਾਵ ਹੋਣਗੇ। ਬਿਲਕੁਲ, ਵੈਸੇ ਤਾਂ ਜਿਹੜੀ ਇੰਡੀਆ ਅਲਾਇੰਸ ਨੇ ਇੱਕ ਤਾਲਮੇਲ ਕਮੇਟੀ ਬਣਾਈ ਸੀ ਨਾ ਵੱਖ ਵੱਖ ਤੋਂ ਲੈ ਕੇ, ਉਹ ਤਾਂ ਕਿਤੇ ਖਿੰਡ ਪੁੱਟ ਨਹੀਂ ਗਈ, ਮੈਨੂੰ ਲੱਗਦਾ ਕਈ ਪਾਰਟੀਆਂ ਵੀ ਇੱਧਰ ਉੱਧਰ ਹੋ ਗਈਆਂ, ਜਿਹੜੇ ਆਏ ਨੀ, ਕੋਈ ਮੀਟਿੰਗਾਂ ਹੁੰਦੀਆਂ ਵਾਲੀਆਂ ਦਿਖਾਈ ਨਹੀਂ ਦਿੱਤੀਆਂ, ਫਿਰ ਜਿਵੇਂ 1-to-1 ਹੀ ਹੋਈਆਂ ਨੇ ਐਕਚੁਅਲੀ ਗੱਲਾਂ। ਉਹ ਓਵਰਆਲ ਇੰਡੀਆ ਅਲਾਇੰਸ ਦੀ ਕਮੇਟੀਆਂ ਦੀਆਂ ਮੀਟਿੰਗਾਂ ਦੀ ਬਜਾਏ ਨਾ ਦੁਬੱਲੇ ਸਮਝੌਤੇ ਵੱਲ ਤੁਰ ਪਏ, ਫਿਰ ਕੱਲਾ ਜਿਵੇਂ ਇੱਥੇ ਯੂਪੀ ਦੇ ਵਿੱਚ ਵੀ ਉਹਨਾਂ ਨੇ ਨਿਬੇੜ ਲਿਆ ਕੰਮ ਅਖਿਲੇਸ਼ ਯਾਦਵ ਨਾਲ, ਔਰ ਇਹ ਵੀ ਸੁਣਿਆ ਹੁਣ ਇਸ ਤੋਂ ਪਹਿਲਾਂ ਜਲਦਬਾਜ਼ੀ ਕਰਕੇ ਜਿਹੜੇ ਰਾਸ਼ਟਰੀ ਲੋਕਦਲ ਵਾਲੇ ਜੈਅੰਤ ਹੋਣੀ ਤੇ ਉਹ ਹੁਣ ਕਹਿੰਦੇ ਵਾਪਸ ਆਉਣ ਨੂੰ ਤਿਆਰ ਨੇ, 4 MLA ਉਹਨਾਂ ਦੇ ਉੱਧਰ ਖੜ ਗਏ ਨੇ ਦੂਜੇ ਪਾਸੇ ਵੀ ਇਹ ਤਾਂ ਗਲਤ ਕੀਤਾ ਤੁਸੀਂ, ਇਹ ਨਹੀਂ ਕੀ ਕੀਤਾ, ਤੇ ਇਹੋ ਜਿਹਾ ਵੀ ਕਨਸੋਹਾਂ ਨੇ, ਕਿਉਂਕਿ ਕਈ ਵਾਰ ਜਲਦਬਾਜ਼ੀਆਂ ਵੀ ਥੋੜਾ ਜਿਹਾ ਨੁਕਸਾਨ ਕਰ ਦਿੰਦੀਆਂ ਨੇ ਦੇਖਾ ਦੇਖੀ ਉਸ ਲੈਵਲ ਦੇ ਉੱਤੇ। ਪਰ ਜਿਹੜਾ ਇਹ ਹੈ ਆਮ ਆਦਮੀ ਪਾਰਟੀ ਦੇ ਵਿੱਚ ਬਿਲਕੁਲ ਉਦੋਂ ਮੇਨ ਜਿਹੜੀਆਂ ਸਾਰੀਆਂ ਦੋਨੋਂ ਤਿੰਨਾਂ ਕਮੇਟੀਆਂ ਦੇ ਵਿੱਚ ਰਾਘਵ ਚੱਡਾ ਮੇਨ ਨੈਗੋਸ਼ੀਏਟਰ ਦੇ ਤੌਰ ਤੇ ਸੀਗੇ ਜਿਹੜੇ ਦੇਖੇ ਜਾਂਦੇ ਸੀ, ਹੁਣ ਉਹਨਾਂ ਨੂੰ ਕੀ ਕੰਮ ਹੈ ਕੀ ਨਹੀਂ। ਪਰ ਇੱਕ ਗੱਲ ਇਹ ਹੈ ਕਿ ਸੰਦੀਪ ਪਾਠਕ ਪਾਰਟੀ ਦੇ ਆਰਗੇਨਾਈਜ਼ਿੰਗ ਸੈਕਟਰੀ ਦੇ ਰੂਪ ਚ ਰਹਿੰਦੇ ਹੀ ਨੇ ਨਾਲ, ਮਤਲਬ ਉਸ ਗੱਲ ਕਰਕੇ ਬਾਕੀ ਦੇ, ਹਾਲਾਂਕਿ ਪੰਜਾਬ ਚ ਉਹਨਾਂ ਦਾ ਰੋਲ ਜ਼ਿਆਦਾ ਰਹਿੰਦਾ ਸੰਗਠਨ ਦੇ ਮਾਮਲੇ ਚ ਬਾਕੀ ਕਿਤੇ ਨਾਲੋਂ। ਪਰ ਉੱਥੇ ਹੁਣ ਅੱਜ ਕੱਲ੍ਹ ਇਹਨਾਂ ਦਿਨਾਂ ਦੇ ਵਿੱਚ ਜਦੋਂ ਦੇ ਮਨੀਸ਼ ਸਿਸੋਦੀਆ ਅੰਦਰ ਹੈ, ਸੰਜੇ ਸਿੰਘ ਅੰਦਰ ਹੈ, ਬਾਕੀ ਦੇ ਮੇਨ ਲੀਡਰ ਨੇ, ਤਾਂ ਆਤਸੀ ਕਾਫੀ ਪੋਲੀਟੀਕਲ ਰੂਪ ਦੇ ਵਿੱਚ ਰੋਲ ਦੇ ਵਿੱਚ ਦਿਖਾਈ ਦੇ ਰਹੇ ਨੇ, ਚਾਹੇ ਬਜਟ ਬਣਾਉਣਾ ਹੋਵੇ ਇੱਥੇ ਵੀ ਆ ਰਹੇ ਨੇ, ਉੱਥੋਂ ਬਜਟ ਦੀਆਂ ਮੀਟਿੰਗਾਂ ਦੇ ਵਿੱਚ ਵੀ ਸ਼ਾਮਿਲ ਹੋਣ, ਪੰਜਾਬ ਦਾ ਬਜਟ ਕਿਵੇਂ ਬਣਨਾ ਕੀ ਬਣਨਾ, ਪੰਜਾਬ ਦੀਆਂ ਹੋਰ ਔਰ ਡਿਊਟੀ ਦੇ ਮਾਮਲੇ ਦੇ ਵਿੱਚ ਵੀ ਆ, ਪਿੱਛੇ ਜਿਹੜੇ ਮਾਮਲੇ ਹੋਇਆ ਚੱਲਿਆ ਰੌਲਾ ਮੇਅਰ ਵਾਲਾ ਮਾਮਲਾ, ਉਦੋਂ ਵੀ ਆਤਸੀ ਦੀ ਪ੍ਰੈਜੈਂਸ ਜਿਹੜੀ ਹੈ ਚੰਡੀਗੜ੍ਹ ਚ ਆਪਾਂ ਦੇਖੀ ਹੈ, ਤੇ ਹੁਣ ਇਹ ਸਮਝੌਤੇ ਦੇ ਰੂਪ ਦੇ ਵਿੱਚ ਵੀ ਦਿੱਲੀ ਦੇ ਵਿੱਚ ਬੈਠੇ ਜਿਹੜੇ ਸੰਦੀਪ ਪਾਠਕ ਇਹ ਤੇ ਸੌਰਵ ਭਾਰਦਵਾਜ, ਇਹ 2-3 ਲੀਡਰ ਜਿਹੜੇ ਚਮਕੇ ਨੇ ਉਸ ਪੱਧਰ ਦੇ ਉੱਤੇ ਦਿਖਾਈ ਦਿੱਤੇ ਨੇ। ਪਰ ਹੁਣ ਇਸ ਤੋਂ ਬਾਅਦ ਪਤਾ ਲੱਗੂਗਾ ਕਿ ਅੰਦਰ ਖਾਤੇ ਕਿੱਦਾਂ, ਇੱਕ ਤਾਂ ਲੀਡਰਾਂ ਦੀ ਟੀਮ ਛੋਟੀ ਰਹਿ ਗਈ ਕਿਉਂਕਿ ਕਈ ਲੀਡਰ ਇੱਧਰ ਉੱਧਰ ਜੇਲ੍ਹ ਜਾਣ ਦੇ ਨਾਲ ਉਹਨਾਂ ਦਾ ਵੀ ਫਰਕ ਪਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਪੈਂਦਾ ਹੀ ਹੈ। ਦੂਜੀ ਗੱਲ ਇਹ ਵੀ ਹੈ ਵੀ ਜਿਹੜੀ ਅਰਵਿੰਦ ਕੇਜਰੀਵਾਲ ਤੇ ਖੁਦ ਤੇ ਇੱਕ ਤਲਵਾਰ ਲਟਕ ਰਹੀ ਹੈ ਅਰੈਸਟ ਦੀ ਜਾਂ ਬਾਕੀ, ਤਾਂ ਉਹਦੇ ਚ ਹੋਰ ਜ਼ਿਆਦਾ ਵੀ ਭਰੋਸੇ ਵਾਲੀ ਇੱਕ ਟੀਮ ਨੂੰ ਥੋੜਾ ਜਿਹਾ ਉਤਸ਼ਾਹਿਤ ਕਰਨਾ ਜਾਂ ਉਹਨੂੰ ਸਾਹਮਣੇ ਦਿਖਾਉਣਾ, ਇੱਕ ਬੰਦੇ ਦੀ ਬਜਾਏ 2-4 ਬੰਦੇ ਹੋਰ ਵੀ ਲੱਗਣ ਆਏ ਜੇ ਟੀਮ ਵਰਕ ਕਰ ਰਹੇ ਨੇ, ਤੇ ਉਹ ਵੀ ਕੋਈ ਕਾਰਨ ਕੋਈ ਸਟ੍ਰੈਟਜੀ ਦਾ ਹਿੱਸਾ ਹੋ ਸਕਦਾ। ਪਰ ਹਾਂ, ਅੰਦਰ ਖਾਤੇ ਚੀਜ਼ਾਂ ਦਾ ਤਬਾਦਲਾ ਤੇ ਬਦਲਾਅ ਸਮੇਂ ਦੇ ਲਿਹਾਜ਼ ਨਾਲ ਆਮ ਆਦਮੀ ਪਾਰਟੀ ਚ ਬਹੁਤ ਜ਼ਿਆਦਾ ਪਤਾ ਨਹੀਂ ਲੱਗਦਾ, ਕਿਉਂਕਿ ਬਾਕੀ ਚ ਤਾਂ ਫਿਰ ਵੀ ਰੌਲਾ ਪੈ ਜਾਂਦਾ ਜਿਹਨੂੰ ਮਾੜਾ ਜਿਹਾ ਪਿੱਛੇ ਹਟਾਉਂਦੇ ਨੇ, ਕੋਈ ਮਾੜਾ ਮੋਟਾ ਮਨ ਮੁਟਾਵ ਦੱਸਦਾ, ਇੱਥੇ ਤਾਂ ਉਹ ਵੀ ਨਹੀਂ ਦੱਸਦਾ, ਕੋਈ ਉਹਨੇ ਜੋਗਾ ਵੀ ਸਪੇਸ ਦੇਣਾ ਨਹੀਂ ਖਿਆ ਰਿਹਾ ਹੈ
ਇਹ ਦੱਸੇ ਕਿ ਮੇਰੇ ਨਾਲ ਗੱਲ ਗਲਤ ਹੋ ਗਿਆ, ਮੇਰੀ ਤਾਕਤ ਘਟਾਤੀ, ਮੇਰੇ ਤੋਂ ਕਿਉਂ ਘਟਾਤੀ, ਔਰ ਉਹ ਉਵੇਂ ਕਰਕੇ ਮੰਨ ਲੈਂਦੇ ਨੇ ਕਿਸੇ ਨਾ ਕਿਸੇ ਨੂੰ। ਲਗਭਗ ਬੰਦੇ ਅਲੋਪ ਹੀ ਹੋ ਜਾਂਦੇ ਆ ਨਕਸ਼ੇ ਤੋਂ, ਸਿਆਸੀ ਨਕਸ਼ੇ ਤੋਂ। ਵੈਸੇ ਇਹਨੂੰ ਅਸੀਂ ਫਾਈਨਲ ਸ਼ਬਦ ਨਹੀਂ ਕਹਿ ਰਹੇ, ਹੋ ਸਕਦਾ ਹੈ ਕਿ ਰਣਨੀਤੀ ਦਾ ਹਿੱਸਾ ਹੋਵੇ, ਕਿਉਂਕਿ ਉੱਥੇ ਜਿਹੜੀਆਂ ਏਜੰਸੀਆਂ ਦੇ ਚੱਕਰ ਨੇ ਉਹ ਬੜੇ ਡਾਢੇ ਨੇ, ਇਹ ਚੱਕਰ ਵੀ ਉਹ ਤੋੜਨਾ ਔਖਾ ਵੀ ਹੈ। ਉਂਝ ਪਿਛਲੇ ਦਿਨਾਂ 'ਚ ਇੱਕ ਤੋਂ ਵੱਧ ਸਰਵੇ ਕਰਵਾਏ ਗਏ ਆਮ ਆਦਮੀ ਪਾਰਟੀ ਵੱਲੋਂ, ਔਰ ਉਹ ਸਰਵੇਸ ਦੇ ਵਿੱਚ ਕਈ ਬੜੇ ਪ੍ਰੋਮੀਨੈਂਟ ਨਾਂ ਜਿਹੜੇ ਪੇਸ਼ ਹੋ ਰਹੇ ਸੀ, ਅੱਗੇ ਅੱਗੇ ਆ ਰਹੇ ਸੀਗੇ ਕਿ ਇਹੀ ਹੋਣਗੇ, ਉਹਨਾਂ ਦੇ ਵੀ ਨਾਂ ਨਹੀਂ ਉੱਭਰ ਰਹੇ, ਦੱਬੇ ਦੱਬੇ ਨੇ। ਅੰਮ੍ਰਿਤਸਰ ਦੇ ਵਿੱਚ ਵੀ ਇੱਥੇ ਦੇ ਜਿਹੜੇ ਮੇਅਰ ਨੇ ਉਹਨਾਂ ਦਾ ਨਾਂ, ਉਹਨਾਂ ਦਾ ਜ਼ਿਕਰ ਆਉਂਦਾ ਰਿਹਾ ਜਦੋਂ ਉਹ ਪਾਰਟੀ 'ਚ ਇੱਧਰ ਸ਼ਾਮਿਲ ਹੋਏ ਕਾਂਗਰਸ ਵੱਲੋਂ, ਔਰ ਬਹੁਤ ਸਾਰੇ ਕੌਂਸਲਰ ਰਹਿ ਕੇ ਆਏ ਸੀਗੇ। ਹੌਲੀ ਹੌਲੀ ਉਹ ਵੀ ਨਹੀਂ ਉੱਭਰ ਸਕੇ। ਜੇ ਤੁਸੀਂ ਸਵਰਨ ਸਲਾਰੀਆ ਦੀ ਗੱਲ ਕਰਦੇ ਹੋ, 2 ਦਿਨ ਤੋਂ ਰੌਲਾ ਪੈ ਰਿਹਾ ਸੀ ਕਿ ਗੁਰਦਾਸਪੁਰ ਤੋਂ ਉਮੀਦਵਾਰ ਹੋਣਗੇ, ਜਦੋਂ ਅੰਦਰੋਂ ਜਾ ਕੇ ਪਤਾ ਕਰਨ ਦਾ ਯਤਨ ਕੀਤਾ ਤੇ ਪਤਾ ਲੱਗਿਆ ਕਿ ਉਹ ਵੀ ਭਾਰ ਵਧਾ ਰਹੇ ਨੇ ਬੀਜੇਪੀ 'ਚ, ਇਹ ਰਿਊਮਰਸ ਇਧਰੋਂ ਫੈਲ ਰਹੀਆਂ ਨੇ, ਔਰ ਉਹਨਾਂ ਦਾ ਕਿਸੇ ਪੱਧਰ ਤੇ ਅਖੇ ਚਰਚਾ ਹੀ ਨਹੀਂ ਹੋਇਆ ਆਮ ਆਦਮੀ ਪਾਰਟੀ ਦੇ ਵਿੱਚ। ਇਸੇ ਤਰੀਕੇ ਨਾਲ ਆਨੰਦਪੁਰ ਸਾਹਿਬ ਤੋਂ ਜਿਹੜੇ ਕੈਂਡੀਡੇਟ ਆ ਉਹਨਾਂ ਦਾ ਵੀ ਜ਼ਿਕਰ ਆ ਰਿਹਾ, ਔਰ ਇਹ ਸਰਵੇ ਕਾਫੀ ਲੋਕਾਂ ਦੀ ਨੀਂਦ ਉਡਾ ਕੇ ਬੈਠੇ ਹੋਏ ਨੇ, ਇਹਦਾ ਜ਼ਿਕਰ ਵਿਸਥਾਰ ਦੇ ਵਿੱਚ ਕਰਾਂਗੇ। ਬੜੀ ਦਿਲਚਸਪ ਸਿਚੁਏਸ਼ਨ ਹੈ, ਜਿਹਨਾਂ ਨੇ ਮਹੀਨਿਆਂ ਤੋਂ ਸਮਾਂ ਲਾਇਆ ਹੋਇਆ ਉਹਨਾਂ ਲਈ ਵੀ ਸੰਕਟ ਪੈਦਾ ਹੋਇਆ, ਔਰ ਪਾਰਟੀ ਇਸ ਗੱਲ ਤੇ ਮੁੜ ਵਿਚਾਰ ਕਰ ਰਹੀ ਆ ਕਿ ਜਦੋਂ ਕੋਈ 4 ਜਾਂ 5 ਨਾਂ ਉਤਾਰੇ ਜਾਂਦੇ ਆ ਸਰਵੇ ਦੇ ਵਿੱਚ, ਉਹਨਾਂ ਦੇ ਵਿੱਚੋਂ ਜਿਹੜੇ ਪ੍ਰੋਮੀਨੈਂਟ ਬਣ ਕੇ ਅੱਗੇ ਆਏ ਮੰਤਰੀਆਂ ਦੇ ਰੂਪ 'ਚ, ਉਹੀ ਵਾਰ ਵਾਰ ਸਾਹਮਣੇ ਆ ਰਹੇ ਲੋਕ, ਉਹਨਾਂ ਨੂੰ ਕੈਂਡੀਡੇਟ ਵਜੋਂ ਸਵੀਕਾਰ ਕਰਨ ਲਈ ਆਮ ਆਦਮੀ ਪਾਰਟੀ 'ਚ ਜ਼ਿਆਦਾ ਤਰਜੀਹ ਦੇ ਰਿਹਾ। ਔਰ ਸਾਡੇ ਕੋਲ ਜਿਹੜੀ ਸੂਚਨਾ ਹੈ ਕਿ 2 ਘੱਟੋ ਘੱਟ ਮੰਤਰੀਆਂ ਨੇ ਆਪਣੀ ਹਾਈਕਮਾਂਡ ਨੂੰ ਕਿਹਾ ਕਿ ਉਹ ਨਹੀਂ ਲੜਨਾ ਚਾਹੁੰਦੇ। ਇਹ ਚੀਜ਼ਾਂ ਸਾਰੀਆਂ ਵਿਸਥਾਰ ਦੇ ਵਿੱਚ ਅਗਲੇ ਐਪੀਸੋਡ ਦੇ ਵਿੱਚ ਲੈ ਕੇ ਆਵਾਂਗੇ। ਇਹ ਜ਼ਿਕਰ ਬੜੇ ਖਾਸ ਨੇ। ਵੈਸੇ ਇਸ ਗੱਠਜੋੜ ਤੋਂ ਬਾਅਦ ਜਿਹੜਾ ਸਮਾਜਵਾਦੀ ਪਾਰਟੀ ਨਾਲ ਹੋਇਆ, ਇਸ ਤੋਂ ਪਹਿਲਾਂ ਉਹਦੇ ਤੋਂ ਬਾਅਦ ਬਹੁਤ ਹਲਚਲ ਦੇਖੀ ਗਈ ਹੈ ਬੀਜੇਪੀ ਦੇ ਵਿੱਚ। ਅੱਜ ਵੀ ਇੱਕ ਮੀਟਿੰਗ ਉਹਨਾਂ ਦੀ ਵੱਡੇ ਨੇਤਾਵਾਂ ਦੀ ਹੈ, 2 ਨੰਬਰ ਦੇ ਉੱਤੇ ਆਉਂਦੇ ਅਮਿਤ ਸ਼ਾਹ ਔਰ ਨਾਲ ਹੀ ਨੱਡਾ ਸਾਹਿਬ ਨੇ। ਇਹਨਾਂ ਨੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿਹੜੇ ਆਪਣੇ ਪ੍ਰਮੁੱਖ ਨੇ ਉਹਨਾਂ ਨੂੰ ਲਗਾਤਾਰ ਲਿਆ ਹੋਇਆ ਨਾਲ, ਔਰ ਕਿੱਥੇ ਕਿੱਥੇ ਗੱਠਜੋੜਾਂ ਨਾਲ ਫਾਇਦੇ ਨੁਕਸਾਨ ਉਹ ਵੀ ਗੱਲਾਂ ਹੋ ਰਹੀਆਂ। ਸੋ ਮੈਂ ਲੰਬੀ ਗੱਲ ਕਰ ਰਿਹਾ, ਲਾਸਟ ਵਿੱਚ ਸਰਦਾਰ ਹਰਮੀਤ ਸਿੰਘ ਜੀ ਤੋਂ ਪੁੱਛਦੇ ਹਾਂ। ਇਹ ਬਹੁਤ ਅਹਿਮ ਮਾਮਲਾ ਹੈ ਪੰਜਾਬ ਦੇਸ਼ ਦੇ ਵਿੱਚ। ਜਦੋਂ ਕਾਨੂੰਨ ਤਬਦੀਲੀ ਲਈ ਆਉਂਦੇ ਨੇ ਤਾਂ ਉਹਦੇ ਬੜੇ ਬਰੀਕ ਨੁਕਤੇ ਹੁੰਦੇ ਆ, ਮੇਰੀ ਤਾਂ ਸਮਝ ਤੋਂ ਹੀ ਪਰੇ ਲੰਘ ਜਾਂਦੇ ਆ। ਮੈਂ ਪੜ੍ਹਨ ਦਾ ਯਤਨ ਵੀ ਕੀਤਾ, ਸਮਝਣ ਦਾ ਯਤਨ ਵੀ ਕੱਲ ਤੋਂ ਕੀਤਾ ਹੈ। 1 ਜੁਲਾਈ ਤੋਂ ਉਹ ਕਾਨੂੰਨ ਅਪਲਾਈ ਹੋ ਰਿਹਾ, ਇਹਦੀ ਵਿਸਥਾਰ ਵਿੱਚ ਕੱਲ ਤਾਂ ਫਿਰ ਕਰਾਂਗੇ। ਪਰ ਸਰਦਾਰ ਹਰਮੀਤ ਸਿੰਘ ਜੀ, ਮੋਟੇ ਤੌਰ ਤੇ ਜਦੋਂ 1 ਜੁਲਾਈ ਤੋਂ ਇਹ ਨਵੇਂ ਰੂਪ 'ਚ ਕਾਨੂੰਨ ਲਾਗੂ ਹੋਣਗੇ, ਜਿਹਨਾਂ ਨੂੰ ਕ੍ਰਿਮੀਨਲ ਲਾਜ਼ ਕਿਹਾ ਜਾਂਦਾ ਹੈ, ਤਾਂ ਇਹਦੇ ਸਮਾਨਾਂਤਰ ਇੱਕ ਟਰਕਿੰਗ ਦਾ ਪਿਛਲੇ ਦਿਨਾਂ 'ਚ ਸਟ੍ਰਾਈਕ ਅਸੀਂ ਦੇਖੀ ਸੀ, ਉਹ ਵੀ ਕਾਨੂੰਨ, ਉਹ ਵੀ ਬਿੱਲ, ਉਹ ਅੱਗੇ ਆਉਣਾ ਸੀਗਾ, ਕਾਨੂੰਨ ਬਣਨਾ ਸੀਗਾ, ਉਹ ਹੁਣ ਪਿੱਛੇ ਹਟ ਗਿਆ। ਚੋਣ ਦਾ ਅਸਰ ਆ ਕੀ ਕਹਿੰਦੇ ਹੋ? ਹਾਂ ਬਿਲਕੁਲ, ਜਿਹੜੇ 3 ਕਾਨੂੰਨ ਬਣੇ ਨੇ IPC, CRPC ਤੇ ਐਵੀਡੈਂਸ ਐਕਟ ਦੇ ਮੁਕਾਬਲੇ, ਨਾਮ ਬਦਲ ਕੇ, ਮਤਲਬ ਉਹਦਾ ਨਾਮ ਬਦਲੇ ਗਏ ਨੇ, ਤੇ ਨਾਮ ਬਦਲ ਕੇ, ਨਾਮ ਨਹੀਂ ਬਦਲੇ, ਮਤਲਬ ਨਾਮ ਵੀ ਐਕਚੁਅਲੀ ਹਿੰਦੀ ਕਰ ਦਿੱਤੀ ਗਈ ਹੈ, ਹਿੰਦੀ 'ਚ ਨਾਮ ਰੱਖ ਦਿੱਤੇ ਗਏ ਨੇ, ਨਾਮ ਤਾਂ ਆਲਮੋਸਟ ਉਹੀ ਨੇ, ਪਰ ਉਹਦੇ 'ਚ ਕੁੱਝ ਤਬਦੀਲੀਆਂ ਜਿਹੜੀਆਂ ਉਸ ਪੱਧਰ ਦੇ ਉੱਤੇ ਕੀਤੀਆਂ ਗਈਆਂ ਨੇ। ਉਹਦੇ 'ਚ ਇੱਕ ਗੱਲ ਤਾਂ ਜਿਹਦਾ ਸਭ ਤੋਂ ਵੱਡਾ ਰੌਲਾ ਪਿਆ ਪਿਛਲੇ ਦਿਨਾਂ ਦੇ ਵਿੱਚ, ਉਹ ਰੌਲਾ ਇਹੀ ਸੀਗਾ ਕਿ ਜਿਹੜੇ ਹਿੱਟ ਐਂਡ ਰਨ ਕੇਸ ਨੇ, ਮਤਲਬ ਕਿਤੇ ਐਕਸੀਡੈਂਟ ਹੋ ਗਿਆ, ਬੰਦਾ ਭੱਜ ਗਿਆ, ਹਾਲਾਂਕਿ ਉਹ ਇਕੱਲੇ ਟਰੱਕ ਦਾ ਮਾਮਲਾ ਨਹੀਂ, ਜਿਹੜਾ ਵੀ ਡਰਾਈਵਰ ਹੋਵੇ, ਕਿਸੇ ਵੀ ਵਹੀਕਲ ਦਾ ਮਾਮਲਾ ਹੋਵੇ, ਜੇਕਰ ਉਹਨੇ ਥਾਣੇ ਜਾਂ ਲੋਕਲ ਜਗ੍ਹਾ ਜਾਂ ਕਿਤੇ ਨਹੀਂ ਦੱਸਿਆ ਤੁਰੰਤ, ਤਾਂ ਉਹਦੇ ਖਿਲਾਫ
10 ਲੱਖ ਰੁਪਏ ਦਾ ਜੁਰਮਾਨੇ ਤੱਕ ਸੀਗਾ ਤੇ ਬਾਕੀ ਸਜ਼ਾ ਦਾ ਪ੍ਰਾਵਧਾਨ ਜਿਹੜਾ ਵੱਡੇ ਪੱਧਰ ਦੇ ਉੱਤੇ ਕੀਤਾ ਗਿਆ। ਉਹਦੇ ਖਿਲਾਫ ਟਰੱਕਾਂ ਨੇ ਹੜਤਾਲ ਕੀਤੀ ਸੀ, ਟਰੱਕਰਾਂ ਨੇ ਜਾਂ ਉਹਨਾਂ ਮਾਲਕਾਂ ਨੇ ਵੀ, ਤੇ ਉਹਦੇ ਨਾਲ ਗਵਰਨਮੈਂਟ ਆਫ ਇੰਡੀਆ ਨੇ ਇੱਕ ਐਗਰੀਮੈਂਟ ਉਦੋਂ ਕਰ ਲਿਆ ਸੀ ਕਿ ਫਿਲਹਾਲ ਅਸੀਂ ਇਹ ਨਹੀਂ ਅੱਗੇ ਚਲਾਵਾਂਗੇ। ਔਰ ਜਾਮ ਹੋ ਜਾਂਦਾ, ਟਰੱਕ ਦਾ ਜਾਮ ਹੋਣਾ ਮਤਲਬ ਹੈ ਲਾਈਫ ਜਾਮ ਹੋ ਗਈ ਤੇ ਬਾਕੀ ਵਸਤਾ ਇੱਧਰ ਉੱਧਰ ਸਾਰਾ ਦੇਸ਼ ਜਿਵੇਂ ਖੜ ਗਿਆ ਹੁੰਦਾ। ਔਰ ਹੁਣ ਇਹਨਾਂ ਨੇ ਇਹ ਕੀਤਾ ਕਿ ਉਹ ਕਲਾਜਿਜ ਛੱਡ ਲਈਆਂ ਨੇ, ਉਹਦੀ ਇੰਪਲੀਮੈਂਟੇਸ਼ਨ ਵਾਲੀਆਂ, ਕਿ ਇਹ ਅਜੇ ਨਹੀਂ ਲਾਗੂ ਹੋਏਗਾ। ਇਹਦਾ ਮਤਲਬ ਇਹੀ ਹੈ ਕਿ ਇਹਦੇ ਤੇ ਉਹ ਪੁਰਾਣਾ ਹੀ ਕੇਸ ਲਾਗੂ ਹੋਏਗਾ, ਫਿਰ ਜਿਹੜਾ ਪੁਰਾਣਾ ਲਾ ਹੀ ਹਜੇ ਤੱਕ ਚੱਲੂਗਾ ਜੋ ਪਹਿਲਾਂ ਵਾਲਾ ਮਾਮਲਾ ਚੱਲਦਾ। ਔਰ ਉਹਦੇ ਤੇ ਵੀ ਸਭ ਤੋਂ ਇੰਪੋਰਟੈਂਟ ਗੱਲ ਤਾਂ ਇਹੀ ਸੀਗੀ ਕਿ 2 ਸਾਲ ਦੀ ਸਜ਼ਾ ਜਾਂ 10 ਸਾਲ ਦੀ ਸਜ਼ਾ, 2 ਲੱਖ ਜੁਰਮਾਨਾ ਜਾਂ 10 ਲੱਖ ਜੁਰਮਾਨਾ, ਇਹ ਮੈਟਰ ਨਹੀਂ ਕਰਦਾ। ਰੌਲਾ ਤਾਂ ਸਾਡੇ ਪ੍ਰੋਸੈਸ ਚ ਹੁੰਦਾ ਹੀ ਨਹੀਂ ਕੁਛ, ਜੇ FIR ਵੀ ਹੋ ਜਾਂਦੀ ਹੈ, ਉਦੋਂ ਬਾਅਦ ਇਨਵੈਸਟੀਗੇਸ਼ਨ ਏਜੰਸੀਆਂ, ਫਿਰ ਗਵਾਹ, ਫਿਰ ਉਦੋਂ ਬਾਅਦ ਅਦਾਲਤ ਚ ਜਾ ਕੇ ਕਿਤੇ ਕਿਤੇ ਸਾਲ ਲੱਗਦੇ ਨੇ। ਸਾਡਾ ਉਹ ਦੂਜੀ ਪ੍ਰਕਿਰਿਆ ਜਿਹੜੀ ਉਸ ਪੱਧਰ ਦੇ ਉੱਤੇ ਜਾਂਦੀ ਹੈ। ਹਾਂ, ਇਹਦੇ ਵਿੱਚ ਕੁਝ ਹੋਰ ਜਿਹੜੀਆਂ ਚੀਜ਼ਾਂ ਨੇ, ਕਿਹਾ ਜਾ ਰਿਹਾ NSA ਇਹਦੇ ਚੋਂ ਹਟਾ ਦਿੱਤਾ ਗਿਆ ਇੱਕ ਲੈਵਲ ਤੇ, ਪਰ NSA ਵਾਲੀਆਂ ਲਗਭਗ ਉਹ ਸਾਰੀਆਂ ਧਾਰਾਵਾਂ ਇਨਬਿਲਟ ਬਾਕੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਕਰ ਦੇ ਦਿੱਤੀਆਂ ਗਈਆਂ ਨੇ। ਉਹਦਾ ਬਹੁਤ ਜ਼ਿਆਦਾ ਫਾਇਦਾ ਨਹੀਂ ਹੋਏਗਾ ਮਤਲਬ ਜਿਹੜਾ ਇਹੋ ਜਿਹੀ ਗੱਲ। ਤੀਜਾ, ਪੁਲਿਸ ਦੀ ਤਾਕਤ ਵੱਧ ਗਈ ਹੈ ਇਸ ਸਾਰੇ ਮਾਮਲੇ ਚ। ਕਿੰਨੇ ਕੇਸਾਂ ਚ ਜਿਹੜੀ ਪੁਲਿਸ ਅਰੈਸਟ ਹੈ ਉਹ 90 ਦਿਨਾਂ ਤੱਕ ਵੀ ਕਰ ਦਿੱਤੀ ਗਈ ਹੈ, ਮਤਲਬ ਜਿਹੜੀ ਕਿ ਹਿਰਾਸਤ ਚ ਰੱਖਿਆ ਜਾ ਸਕਦਾ, ਰਿਮਾਂਡ ਦਿੱਤਾ ਜਾ ਸਕਦਾ ਇੰਨੇ ਇੰਨੇ ਦਿਨਾਂ ਤੱਕ। ਇਹ ਜਿਹੜਾ ਬੜਾ ਵੱਡਾ ਇੱਕ ਹੋਰ ਟਾਈਪ ਦੀ ਗੱਲ ਹੈ, ਇਹਦੇ ਨਾਲ ਇਹਦਾ ਮਤਲਬ ਸਟੇਟ ਔਰ ਪੁਲਿਸ ਉਹ ਜ਼ਿਆਦਾ ਤਾਕਤਵਰ ਹੋ ਗਈ ਇੱਕ ਬੰਦੇ ਦੇ ਨਿੱਜੀ ਅਧਿਕਾਰਾਂ ਦੇ ਤੌਰ ਤੇ ਇਹਦੀ ਬਜਾਏ। ਵੈਸੇ ਤਾਂ ਹੁਣ ਵੀ ਆਪਾਂ ਰੱਖਦੇ ਹਾਂ, ਹੁਣ ਕੁਝ ਕਾਨੂੰਨ ਸੀਗੇ ਇਹੋ ਜਿਹੇ ਜਿਹਨਾਂ ਨੂੰ ਮਤਲਬ UAPA ਲਾ ਲਿਆ, ਬਾਕੀ ਲਾ ਲਿਆ ਐਂਟੀ ਟੈਰਰਿਸਟ ਐਕਟ ਦਾ ਜਿਹੜਾ ਕੁਐਸਚਨ ਹੈ। ਔਰ ਫਿਰ ਜੇ ਤੁਸੀਂ ਜਨਰਲਾਈਜ਼ ਕਰ ਦੋਗੇ ਕਈ ਚੀਜ਼ਾਂ ਨੂੰ ਤਾਂ ਉਹ ਕਾਫੀ ਜ਼ਿਆਦਾ ਪ੍ਰੋਬਲਮੈਟਿਕ ਹੋਣ ਵਾਲੇ ਹੁੰਦੇ ਨੇ ਉਹ ਸਾਰੇ ਮਾਮਲੇ ਚ। ਅਜੇ ਇਹਦੀ ਡਿਟੇਲ ਉਸ ਪੱਧਰ ਦੇ ਉੱਤੇ ਡਿਸਕਸ਼ਨ ਜਿਸ ਲੈਵਲ ਤੇ ਹੋਣੀ ਚਾਹੀਦੀ ਸੀ ਨਾ, ਸੱਥਾਂ ਚ ਆਲੇ ਦੁਆਲੇ ਕੀ ਇੰਪੈਕਟ ਪੈਣਾ ਕੀ ਨਹੀਂ ਹੈ, ਉਸ ਰੂਪ ਦੇ ਵਿੱਚ ਚਰਚਾ ਨਹੀਂ ਹੋਈ। ਜੇ ਚਰਚਾ ਹੁੰਦੀ ਤਾਂ ਲੋਕਾਂ ਦੇ ਸਮਝ ਆਉਂਦਾ, ਕਿਉਂਕਿ ਨਾਰਮਲ ਲੋਕਾਂ ਨੇ ਤਾਂ ਕੀ ਲੈਣਾ ਇਹਨਾਂ ਐਕਟ ਤੇ, ਉਹਨਾਂ ਦਾ ਕੋਈ ਦਾਇਰਾ ਨਹੀਂ। ਜਦ ਕਿਸੇ ਤੇ ਪੈਂਦਾ ਕੋਈ ਕੇਸ ਉਦੋਂ ਹੀ ਪਤਾ ਲੱਗਦਾ। ਬੇਸਿਕਲੀ ਇਹ ਵਕੀਲਾਂ ਦੇ ਮਾਮਲੇ ਚ, ਜੱਜਾਂ ਦੇ, ਜੁਡੀਸ਼ੀਅਲ ਮਾਈਂਡ ਦੇ ਜਾਂ ਬਾਕੀ ਸਿਵਲ ਸੋਸਾਇਟੀ ਦੇ ਜਿਹੜੇ ਜਾਣਕਾਰ ਲੋਕ ਨੇ ਉਹਨਾਂ ਨੂੰ ਇਹਨਾਂ ਦੇ ਜ਼ਿਆਦਾ ਡਿਬੇਟ ਚ ਤੇ ਬਹਿਸ ਮੁਹਾਸਿਆਂ ਚ ਚਾਹੀਦਾ ਸੀ ਰੱਖਣਾ, ਔਰ ਤਾਂ ਕਿ ਉਸ ਤੇ ਤਰੀਕੇ ਦੇ ਨਾਲ ਅੱਗੇ ਫਿਰ ਉਹ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਂਦੀਆਂ ਕਿ ਗਲਤ ਹੈ ਜਾਂ ਠੀਕ ਹੈ, ਉਹ ਇੱਕ ਅਲੱਗ ਗੱਲ ਹੈ। ਪਰ ਖੈਰ ਹੁਣ 1 ਜੁਲਾਈ ਤੋਂ ਹੋ ਰਿਹਾ, ਉਦੋਂ ਬਾਅਦ ਜਿਵੇਂ ਜਿਵੇਂ ਇੰਪਲੀਮੈਂਟੇਸ਼ਨ ਹੋਏਗੀ ਤਿਵੇਂ ਤਿਵੇਂ ਲੋਕ ਇਹਨੂੰ ਪੜ੍ਹਨਗੇ ਵੀ ਔਰ ਇਹਨੂੰ ਦੇਖਣਗੇ ਵੀ, ਇੱਥੇ ਪ੍ਰਤੀਕਿਰਿਆ ਵੀ ਜਾ ਰਹੇ ਹੋਣਗੀਆਂ ਜ਼ਿਆਦਾ ਤੋਂ ਜ਼ਿਆਦਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਸ਼ੁਕਰੀਆ ਜੀ।